ਦਾ ਉਪਦੇਸ਼ ਹੈ
ਕਿ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਅਸੀਂ ਜੇ ਕੁਝ ਗੁਜ਼ਰ ਚੁੱਕੇ ਹੋਏ ਜੀਵ ਲਈ ਕਰ ਸਕਦੇ ਹਾਂ ਤੇ ਉਹ ਗੁਰੂ ਅੱਗੇ ਕੀਤੀ ਹੋਈ ਅਰਦਾਸ ਬੇਨਤੀ ਸੰਗਤ ਦਾ ਤਰਲਾ ਗੁਰਬਾਣੀ ਦਾ ਪਰਿਵਾਰ ਨੇ ਉਸ ਦਿਨ ਦਾ ਓਟ ਆਸਰਾ ਲਿਆ ਹੈ। ਗੁਰੂ ਗ੍ਰੰਥ ਸਾਹਿਬ ਅੱਗੇ ਨਿਰੰਤਰ ਅਰਦਾਸ ਬੇਨਤੀ ਹੋ ਰਹੀ ਔਰ ਅੱਜ ਇਹ ਦਿਨ ਹੈ ਅੰਤਿਮ ਅਰਦਾਸ ਦਾ ਵੇਲਾ। ਆਪ ਜੀਆਂ ਨੇ ਹੁਣੇ ਗੁਰਬਾਣੀ ਕੀਰਤਨ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਵਚਨ ਜਿਸ ਸ਼ਬਦ ਦੇ ਅੰਦਰ ਵੀ ਸਤਿਗੁਰੂ ਇਹ ਸੱਚਾਈ ਦੱਸਦੇ ਪਏ ਕਿ ਇਸ ਜੀਵਨ ਦਾ ਸੱਚ ਕੀ ਹੈ, ਸਰੀਰ ਦਾ ਸੱਚ ਕੀ ਹੈ ਤੇ ਇਹਦੇ ਆਉਣ ਦਾ ਮਨੋਰਥ, ਇਹਦੀ ਜ਼ਿੰਦਗੀ ਦਾ ਮਕਸਦ ਕੀ ਹੈ। ਉਸ ਪਾਵਨ ਸ਼ਬਦ ਵਿੱਚੋਂ ਪੰਕਤੀ ਜੋ ਟੇਕ ਲਈ ਹੋਈ ਸੀ ਭਾਈ ਸਾਹਿਬ ਸੱਜਣ ਮੇਰੇ ਰੰਗ ਲਏ ਜਾਏ ਸੁੱਤੇ ਜ਼ੀਰਾ ਹੰਪੀ ਵੱਜਾਂ ਦੂਮਨੀ ਰੋਵਾਂ ਝੀਨੀ ਵਾਂ। ਗੁਰੂ ਨਾਨਕ ਸਾਹਿਬ ਜੀ ਦੀਆਂ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਵਚਨ ਆਪ ਜੀ ਦੇ ਸਮਕਸ਼ ਵਿਚਾਰ ਸਕਾਂ। ਆਪ ਜੀ ਬਖਸ਼ੋ ਅਸੀਸ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪ ਹੀ ਸੁਨਾਤ ਬਖਸ਼ ਦੇਣ। ਸਾਧ ਸੰਗਤ ਜੀ, ਗੁਰੂ ਬਖਸ਼ਿਸ਼ ਫਤਿਹ ਦੀ ਸਾਨ ਪਾਓ ਔਰ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਜੀ ਦਾ ਜੋ ਅਟਲ ਫੈਸਲਾ ਸਤਿਗੁਰੂ ਦਾ ਸਾਨੂੰ ਬਖਸ਼ਿਆ ਹੋਇਆ ਉਹਦੇ ਮੁਤਾਬਕ ਜੇਕਰ ਦੇਖਿਆ ਜਾਏ ਅਸੀਂ ਸੰਸਾਰ ਵਿੱਚ ਵਿਚਰਦੇ ਹੋਏ ਅਕਸਰ ਇਹ ਸ਼ਬਦ ਵਰਤਦੇ ਹਾਂ ਕਿ ਇਸ ਮਨੁੱਖ ਦਾ, ਇਸ ਜੀਵ ਦਾ, ਇਸ ਪ੍ਰਾਣੀ ਦਾ ਟਾਈਮ ਨਹੀਂ ਸੀ, ਇਹ ਗੁਜ਼ਰ ਗਿਆ, ਇਹ ਚਲਾ ਗਿਆ, ਇਹਦਾ ਖਾਲੀ ਵੇਲਾ ਨਹੀਂ ਸੀ ਇਹ ਚੜ੍ਹਾਈ ਕਰ ਗਿਆ। ਪਰ ਮੇਰੇ ਸਤਿਗੁਰੂ ਦਾਦਾ ਜੀ ਇੱਕ ਗੱਲ ਕਹਿੰਦੇ ਨੇ, ਕੋਈ ਵੀ ਇਨਸਾਨ, ਕੋਈ ਵੀ ਜੀਵ ਸਮੇਂ ਤੋਂ ਪਹਿਲਾਂ ਨਹੀਂ ਜਾਂਦਾ, ਅਸਲ ਵਿੱਚ ਚਲਾਉਣਾ ਹੀ ਉਹ ਕਰਦਾ ਹੈ ਜਿਸ ਦਾ ਸਮਾਂ ਆ ਜਾਂਦਾ। ਆਪ ਜੀ ਅੰਮ੍ਰਿਤ ਬਾਣੀ ਪੜ੍ਹਦੇ ਮਹਾਰਾਜ ਜੀ ਦੇ ਪਵਿੱਤਰ ਬਚਨ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਚੀਜੈ, ਅਗਲੀ ਤੋਕੇ ਜੀ ਕਾਲ ਅਖੇਰੀ ਫਿਰੈ ਬਦਕ ਜੂ। ਆਪ ਜੀ ਦੇਖੋ ਇਸ ਤੁਕ ਵਿੱਚ ਸਤਿਗੁਰੂ ਕਹਿਣਾ ਕੀ ਚਾਹੁੰਦੇ। ਮਹਾਰਾਜ ਕਹਿੰਦੇ ਜਿਹੜਾ ਦਿਨ ਚੜਿਆ ਉਹ ਬੀਤਦਾ ਹੈ, ਰਾਤ ਦਾ ਹੀ ਉਹਨੇ ਬੀਤ ਜਾਣਾ, ਜਿਵੇਂ ਦਿਨ ਤੇ ਰਾਤ ਗੁਜ਼ਰਦੇ ਪਏ ਨੇ, ਬੀਤਦੇ ਪਏ ਨੇ, ਪਰ ਚੇਤੇ ਰੱਖਿਓ
ਇਹ ਬੰਦੇ ਦੀ ਕੀਤੀ ਹੋਈ ਸਮੇਂ ਦੀ ਵੰਡ ਹੈ। ਦਿਨ ਗੁਜ਼ਰ ਗਿਆ, ਰਾਤ ਗੁਜ਼ਰ ਗਿਆ, ਅਸਲ ਵਿੱਚ ਇਹ ਤਾਂ ਕਿਰਿਆ ਪਤਾ ਨਹੀਂ ਕਿੰਨੀਆਂ ਜੁਗਾਂ ਸਦੀਆਂ ਦੀ ਚੱਲਦੀ ਪਈ ਹੈ। ਜੇ ਕੁਝ ਗੁਜ਼ਰ ਰਿਹਾ ਤੇ ਬੰਦੇ ਤੇਰੀ ਜ਼ਿੰਦਗੀ ਗੁਜ਼ਰ ਰਹੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜੀਵਨ ਬਤੀਤ ਹੁੰਦਾ ਪਿਆ, ਦਿਨ ਗਿਆ ਰਾਤ ਗਈ, ਜ਼ਿੰਦਗੀ ਬਤੀਤ ਹੋ ਰਹੀ। ਬਸ ਹਰ ਦਿਨ ਹਰ ਰਾਤ ਨੀ ਮੌਤ ਆਉਂਦੀ ਪਈ। ਮਹਾਰਾਜ ਨੇ ਉਦਾਹਰਣ ਦਿੱਤੀ, ਆਪ ਥੋੜੀ ਜਿਹੀ ਤਵੱਜੋ ਦਿਓ। ਹਜ਼ੂਰ ਕਹਿੰਦੇ ਜਿਵੇਂ ਇੱਕ ਸ਼ਿਕਾਰੀ ਸ਼ਿਕਾਰ ਕਰਨ ਨਿਕਲਦਾ ਹੈ, ਜਿਸ ਵੇਲੇ ਉਹ ਸ਼ਿਕਾਰ ਕਰਨ ਦਾ ਮਨ ਬਣਾ ਲੈਂਦਾ ਹੈ, ਉਸ ਵੇਲੇ ਉਹਦੀ ਤਿਆਰੀ ਮੁਕੰਮਲ ਹੈ ਵੀ ਮੈਂ ਸ਼ਿਕਾਰ ਕਰਨ। ਜਦੋਂ ਉਹਨੂੰ ਕੋਈ ਸ਼ਿਕਾਰ ਨਜ਼ਰ ਪੈਂਦਾ ਹੈ, ਉਹ ਉਸਦਾ ਲਕਸ਼ ਉਸਦਾ ਨਿਸ਼ਾਨਾ ਵੀ ਬਣਾ ਲੈਂਦਾ ਹੈ, ਪਰ ਉਨੀ ਦੇਰ ਤੱਕ ਉਹ ਆਪਣੀ ਕਮਾਨ ਦੇ ਵਿੱਚੋਂ ਤੀਰ ਨਹੀਂ ਛੱਡਦਾ ਜਿੰਨੀ ਦੇਰ ਤੱਕ ਉਸ ਨੂੰ ਇੰਨਾ ਭਰੋਸਾ ਨਾ ਵੱਧ ਜਾਏ ਕਿ ਹਾਂ ਮੇਰੀ ਕਮਾਨ ਦੇ ਵਿੱਚੋਂ ਨਿਕਲਿਆ ਹੋਇਆ ਤੀਰ ਹੁਣ ਨਿਸ਼ਾਨੇ ਤੇ ਜਾਏਗਾ, ਜਾਂ ਮੇਰੇ ਲਈ ਇਹ ਟਾਈਮ ਸਹੀ ਹੈ ਵਾਰ ਕਰਨ ਦਾ, ਤੀਰ ਛੱਡਣ ਦਾ। ਉਨੀ ਦੇਰ ਤੱਕ ਉਹ ਲਕਸ਼ ਨੂੰ ਨਿਸ਼ਾਨੇ ਨੂੰ ਸਾਧਦਾ ਰਹਿੰਦਾ ਜਿੰਨੀ ਦੇਰ ਉਹਦੀ ਤਸੱਲੀ ਨਾ ਹੋਏ। ਗੁਰੂ ਸਾਹਿਬ ਨੇ ਉਦਾਹਰਣ ਦਿੱਤੀ, ਮਹਾਰਾਜ ਕਹਿੰਦੇ ਮੌਤ ਤਾਂ ਇੱਕ ਸ਼ਿਕਾਰੀ ਦੀ ਤਰ੍ਹਾਂ ਸਿਰ ਤੇ ਹਰ ਵੇਲੇ ਬੈਠੀ ਹੈ, ਪਰ ਉਨੀ ਦੇਰ ਤੱਕ ਉਹ ਵਾਰ ਨਹੀਂ ਕਰਦੀ, ਉਹ ਗ੍ਰਿਫਤ ਵਿੱਚ ਨਹੀਂ ਲੈਂਦੀ, ਸੱਦ ਨਹੀਂ ਲਾਉਂਦੀ ਜਿੰਨੀ ਦੇਰ ਤੱਕ ਹੈ ਇਨਸਾਨ ਤੇਰਾ ਟਾਈਮ ਨਾ ਆ ਜਾਵੇ। ਕਾਮ ਅਖੇਰੀ ਫਿਰੈ ਬਦਕ ਜੋ, ਉਹ ਤਾਂ ਸਿਰ ਤੇ ਹੈ, ਕਉ ਕਉਨ ਵਿਦ ਕੀਜੈ। ਮਹਾਰਾਜ ਕਹਿੰਦੇ ਤੇਰਾ ਦਿਨ ਉਹ ਜਦੋਂ ਨੇੜੇ ਆ ਗਿਆ, ਸੋ ਦਿਨ ਆਵਣ ਲੱਗਾ। ਜਿੱਦਣ ਉਹ ਦਿਨ ਜਿਹੜਾ ਨੇੜੇ ਆਉਂਦਾ ਪਿਆ ਸੀ, ਉਹ ਸਮਾਂ ਉਹ ਵੇਲਾ ਨੇੜੇ ਆਇਆ, ਉਦਣ ਉਹਦਾ ਵਾਰ ਹੋ ਜਾਣਾ ਜਾਂ ਸੀ। ਗੁਰੂ ਸਾਹਿਬ ਦੀ ਬਾਣੀ ਵਿੱਚੋਂ ਹੀ ਇੱਕ ਵਚਨ ਹੋਰ ਲੈ ਲਈ, ਮੈਂ ਸੁੱਖ ਦੇ ਅਰਥ ਕਰਾਂਗਾ ਕਿ ਸੱਜਣ ਮੇਰੇ ਰੱਬ। ਗੁਰੂ ਸਾਹਿਬ ਨੇ ਫਿਰ ਸ਼ਬਦ ਬਾਣੀ ਚੋਂ ਪੜ੍ਹੋ ਕਰ, ਆਪ ਸੋਹਿਲਾ ਸਾਹਿਬ ਪੜ੍ਹਦੇ ਹੋ, ਗੁਰੂ ਸਾਹਿਬ ਦੇ ਚਰਨਾਂ ਅੰਦਰ ਰੋਜ਼ ਇੱਕ ਅਰਦਾਸ ਕੀਤੀ ਜਾਂਦੀ ਹੈ। ਧੰਨ ਸ਼੍ਰੀ ਗੁਰੂ ਅਰਜਨ ਸਿੰਘ ਕਿਰਪਾ ਗੁਰੂ ਜੀ, ਕਿਰਪਾ ਕਰਦੇ ਨੇ, ਕਰੋ ਬੇਨਤੀ, ਸੁਣੋ ਮੇਰੇ ਮਿੱਤਰ, ਸੰਤ ਤਹਿਤ ਕੀ ਬੇਲਾ। ਉਹ ਮੇਰੇ ਮਿੱਤਰ, ਇੱਥੇ ਦੀ ਕੈਸੀ ਕਮਾਨ ਦੀ ਖੇਡ, ਮੇਰੇ ਸਤਿਗੁਰੂ ਆਪ ਬੇਨਤੀ ਰੂਪ ਵਿੱਚ ਸ਼ਬਦ ਵਰਤਦੇ ਪਏ। ਕਰੋ ਬੇਨਤੀ, ਸੁਣੋ ਮੇਰੇ ਮਿੱਤਰ, ਸੰਤ ਤਹਿਤ ਕੀ ਬੇਲਾ। ਗੁਰੂ ਨੂੰ ਬੇਨਤੀ ਕਰਨ ਦੀ ਕੀ ਲੋੜ ਪਈ। ਹਾਲਾਂਕਿ ਮੈਂ ਅਰਥ ਕਰਾਂ, ਸਤਿਗੁਰ ਦਾ ਤੇ ਹੁਕਮ ਸਿੱਖ ਲਈ ਅਟਲ ਹੈ, ਸੇਵਕ ਲਈ ਅਟਲ। ਪਰ ਪਿਆਰੋ, ਜਿਵੇਂ ਬੱਚੇ ਦੇ ਗੁਣਾਂ ਦੇਖ ਕੇ ਮਾਂ ਝਿੜਕ ਮਾਰ ਕੇ ਵੀ ਸੁਣ ਜਾਂਦੀ ਹੈ, ਜਦੋਂ ਝਿੜਕ ਮਾਰਿਆ ਵੀ ਨਾ ਸਮਝੇ ਤੇ ਗੋਦ ਵਿੱਚ ਬਿਠਾ ਕੇ ਉਹਦਾ ਸਿਰ ਪਲੋਸ ਕੇ ਉਹਦੇ ਅੱਗੇ ਤਰਲਾ ਕਰਕੇ ਉਹਨੂੰ ਪਿਆਰ ਦੇ ਨਾਲ ਵੀ ਸਮਝਾਉਂਦੀ ਹੈ। ਇਹਦਾ ਮਤਲਬ ਜੇ ਮਾਂ ਝਿੜਕੇਗੀ, ਉਹਦੀ ਝਿੜਕ ਦੇ ਵਿੱਚ ਵੀ ਸੰਤਾਨ ਦਾ ਭਲਾ ਹੈ, ਤੇ ਜੇ ਝਿੜਕਣ ਤੋਂ ਬਾਅਦ ਉਹ ਗੋਦ ਵਿੱਚ ਬਿਠਾ ਕੇ ਪਿਆਰ ਕਰਕੇ ਸਮਝਾਏਗੀ, ਉਸ ਪਿਆਰ ਦੇ ਵਿੱਚ ਵੀ ਸੰਤਾਨ ਦਾ ਭਲਾ ਹੈ, ਮਾਂ ਦਾ ਕੋਈ ਲਾਲਚ ਨਹੀਂ। ਅਸਲ ਵਿੱਚ ਗੁਰੂ ਤਾਂ ਇੱਕ ਮਾਂ ਦੀ ਤਰ੍ਹਾਂ, ਜਦੋਂ ਸਤਿਗੁਰੂ ਝਿੜਕਦੇ ਨੇ, ਗੁਰੂ ਦਾਤੇ ਦੀ ਝਿੜਕ ਵਿੱਚ ਵੀ ਸੇਵਕ ਦਾ ਭਲਾ ਹੈ, ਤੇ ਸੇਵਕ ਨੂੰ ਗੁਰੂ ਦੀ ਝਿੜਕ ਵੀ ਮਿੱਠੀ ਲੱਗਦੀ। ਤਾਂ ਸਾਹਿਬ ਨੇ ਕਿਹਾ ਕਿ ਜੇ ਗੁਰ ਝਿੜਕੇ ਤਾਂ ਮਿੱਠਾ ਲੱਗ, ਉਹਨਾਂ ਦੀ ਝਿੜਕ ਵਿੱਚ ਵੀ ਸੇਵਕ ਦਾ ਭਲਾ ਹੈ, ਤੇ ਇੱਥੇ ਸਤਿਗੁਰੂ ਪ੍ਰੇਮ ਵਿੱਚ
ਬੇਨਤੀ ਕਰਦੇ ਪਏ ਨੇ, ਉਸ ਬੇਨਤੀ ਵਿੱਚ ਵੀ ਸੇਵਕ ਦਾ ਕੀ ਭਲਾ ਹੈ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਤਹਿਲ ਕੀ ਵੇਲਾ, ਇਹ ਵਾਰੀ ਹੈ ਜਪਣ ਵਾਲਿਆਂ ਦੀ ਸੇਵਾ ਤਹਿਲ ਕਮਾ, ਅਗਲੀਆਂ ਦੁਕਾਨੇ ਕੀ ਹਾਂ ਖਾਤ, ਚਲੋ ਕਰ ਲਾਭ, ਇੱਥੇ ਕਮਾਏਗਾ ਇਹ ਖੱਟਿਆ ਹੋਇਆ ਲਾਭ, ਇਹ ਫਾਇਦਾ ਤੇਰੀ ਜ਼ਿੰਦਗੀ ਵਿੱਚ ਇੱਥੇ ਵੀ ਸੰਤ ਹੈ ਤੇ ਅਗਲੇ ਲੋਕ ਪਰਲੋਕ ਜਿਹਨੂੰ ਕਿਹਾ ਜਾਂਦਾ ਹੈ, ਉਸ ਦਰਗਾਹ ਵਿੱਚ ਪਰਲੋਕ ਵਿੱਚ ਵੀ ਇੱਥੇ ਕਮਾਇਆ ਹੋਇਆ ਸੱਚ ਤੇਰੇ ਨਾਲ ਜਵੇ। ਇਹਾਂ ਖਾਤ ਚਲੋ ਕਰ ਲਾਭ, ਆਕੇ ਬਸਨ ਸੁਖੇਲਾ। ਮਹਾਰਾਜ ਨੇ ਕਿਹਾ ਤੂੰ ਕੋਈ ਗਿਆ ਸਮੇਂ ਤੋਂ ਪਹਿਲਾਂ, ਹਜ਼ੂਰ ਕਹਿੰਦੇ ਨੇ ਔਦ ਘਟੈ ਦਿਨ ਸਵੈ ਨਾਰੇ, ਜਿਵੇਂ ਦਿਨ ਤੇ ਰਾਤ ਬੀਤਦੇ ਘਟਦੇ ਪੈਣੇ, ਇਸ ਤਰ੍ਹਾਂ ਬੰਦਿਆ ਤੇਰੀ ਉਮਰ ਘਟਦੀ ਪਈ ਏ। ਔਦ ਘਟੈ ਦਿਨ ਸਵੈ ਨਾਰੇ, ਇੱਕ ਕਰਮ ਕਰ ਮਨ ਗੁਰ ਮਿਲ ਕਾਜ ਸਵਾਰੇ, ਫੇ ਮੇਰੇ ਮਨ ਤੂੰ ਆਪਣੇ ਸਤਿਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦੇ ਕਾਰਨ ਨੂੰ ਸਬਰ ਕਰ। ਮੈਂ ਫਿਰ ਇੱਥੇ ਬੇਨਤੀ ਕਰਾਂਗਾ ਕਿ ਹਰ ਉਹ ਪ੍ਰਾਣੀ ਗੁਜ਼ਰਦਾ ਹੈ ਜਿਹਦਾ ਉਹ ਵੇਲਾ, ਜਿਸ ਦਾ ਉਹ ਸਮਾਂ ਆ ਜਾਂਦਾ, ਪਰ ਉਹ ਕਿਹੜਾ ਸਮਾਂ ਹੈ? ਸਾਹਿਬ ਜੀ ਨੇ ਬਾਣੀ ਵਿੱਚ ਬਚਨ ਵਰਤੇ ਨੇ, ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਹੈ, ਧੰਨ ਜੋਬਨ ਅਰ ਕੁੱਲੜਾ ਸੱਜਣ ਮੇਰੇ ਰੰਗ, ਇਹਦੀ ਰਬਤਾ ਹੈ ਧੰਨ ਜੋਬਨ ਅਰ ਕੁੱਲੜਾ ਨਾਥੀ ਅੜੇ ਦਿਨ ਚਾ। ਇਹਦੇ ਵਿੱਚ ਉਦਾਹਰਨ ਹੈ ਸਤਿਗੁਰੂ ਦੀ ਦਿੱਤੀ ਕੋਈ, ਕਿਤੇ ਬੰਦੇ ਦੀ ਜਵਾਨੀ, ਇਹਦਾ ਕਮਾਇਆ ਹੋਇਆ ਧਨ, ਇੱਕ ਨਿੱਕੇ ਜੇ ਖੁੱਲੜਾ ਦਾ ਇੱਥੇ ਨਿੱਕਾ ਜਿਹਾ ਖਿੜਦਾ ਹੋਇਆ ਫੁੱਲ। ਆਪ ਜੀ ਕਦੀ ਦੇਖੋ ਕਈ ਟਾਣੀ ਨਾਲ ਖੇੜੇ ਫੁੱਲ ਦੇ ਇਹ ਕੁਝ ਹੈ ਜਿਹੜੇ ਖਾਦੀ ਪ੍ਰਗਟ ਹੁੰਦੇ ਪਏ, ਇੱਕ ਖਾਵਾ ਦਾ ਖੁਲਾਰਾ ਹੁੰਦਾ ਹੈ ਉਹ ਖਿੜਦੇ ਹੋਏ ਨੂੰ ਵੀ ਤੋੜ ਕੇ ਲੈ ਜਾਂਦਾ, ਇੱਕ ਖਿੜਿਆ ਅੱਜ ਪੂਰੇ ਜੋਬਨ ਵਿੱਚ ਹੈ ਫੁੱਲ, ਉਹ ਖੁਸ਼ਬੂ ਬਖੇਰਦਾ ਪਿਆ, ਹਵਾ ਦੇ ਭੁਲਾਰੇ ਨੇ ਉਸ ਦਾ ਵੀ ਲਿਹਾਜ਼ ਨਹੀਂ ਕੀਤਾ, ਉਹਨੂੰ ਵੀ ਤੋੜ ਦਿੱਤਾ। ਤੇ ਸ਼ਾਮ ਤੱਕ ਜਿਹੜਾ ਸਵੇਰੇ ਖੁਸ਼ਬੂ ਬਖੇਰਦਾ ਸੀ, ਮਹਾਰਾਜ ਕਹਿੰਦੇ ਸ਼ਾਮ ਤੱਕ ਉਹ ਮਿੱਟੀ ਵਿੱਚ ਮਿਲ ਜਾਂਦਾ, ਉਹ ਖੇ ਬਣ ਜਾਂਦਾ ਹੈ। ਪਰ ਕਈ ਐਸੇ ਨੇ ਜਿਹੜੇ ਹਵਾ ਦਾ ਭੁੱਲਾ ਭੁਲਾਰਾ ਚੱਲ ਜਾਂਦੇ ਨੇ, ਆਇਆ ਭੁਲਾਰਾ ਚੱਲ ਗਏ ਸਹਿ ਗਏ, ਸਵੇਰੇ ਵੀ ਖਿੜੇ ਸਨ ਤੇ ਸ਼ਾਮ ਤੱਕ ਵੀ ਖਿੜੇ ਹੋਏ, ਪਰ ਭਰੋਸਾ ਤਾਂ ਕੋਈ ਨਹੀਂ ਨਾ। ਪਿਆਰੋ ਜ਼ਿੰਦਗੀ ਇਸ ਤਰ੍ਹਾਂ, ਮਾਨੋ ਗੁਰੂ ਸਾਹਿਬ ਨੇ ਉਂਝ ਵੈਸੇ ਇਹਨੂੰ ਬਾਲ ਜਵਾਨੀ ਅਰ ਬਿਰਧ ਫੁੱਲ ਤਿੰਨ ਅਵਸਥਾ ਜਾਣ ਦੇ ਵਿੱਚ ਇਸ ਤਰ੍ਹਾਂ ਵੰਡੇ, ਬਚਪਨ ਹੈ ਜਵਾਨੀ ਹੈ ਉਂਝ ਜਦੋਂ ਪਹਿਲੇ ਪੜਾਂ, ਸਤਿਗੁਰੂ ਵੱਖ ਵੱਖ ਪੈਰਾਂ ਦੀ ਗਿਣਤੀ ਵੀ ਕਰਦੇ ਨੇ, ਪਰ ਮੈਂ ਮੋਤੀ ਜੀ ਜੋ ਬੇਨਤੀ ਵੀ ਤਿੰਨ ਪੈਰ ਕਹਿ ਦਿੱਤੇ, ਜ਼ਿੰਦਗੀ ਬਚਪਨ ਹੈ ਜਵਾਨੀ ਹੈ ਬੁਢੇਪੇ, ਪਰ ਕਿਤੇ ਤੁਸੀਂ ਸ਼ਬਦ ਨਹੀਂ ਪੜੋਗੇ। ਮਹਾਰਾਜ ਨੇ ਕਿਹਾ ਬਚਪਨ ਵਿੱਚ ਮੌਤ ਨਹੀਂ ਆਉਣੀ, ਇਹ ਵੀ ਨਹੀਂ ਕਿਹਾ ਜਵਾਨੀ ਵਿੱਚ ਮੌਤ ਨਹੀਂ ਆਉਣੀ, ਹਾਂ ਇਹ ਸ਼ਬਦ ਜ਼ਰੂਰ ਮਿਲਦਾ ਹੈ। ਸਾਹਿਬ ਨੇ ਕਿਹਾ ਖਰੀ ਨਾ ਕਹਿਣਾ ਡੰਡਰੀ ਪੱਕੀ ਵੱਢਣ ਕਾ, ਕਹਿੰਦੇ ਚਲੋ ਮੰਨਿਆ ਖਰੀ ਬਚ ਗਈ, ਜਿਹੜੀ ਡੰਡਰੀ ਸੀ ਉਹ ਬਚ ਗਈ, ਜਿੱਦਣ ਪੱਕ ਗਈ ਫਿਰ ਤਾਂ ਤਿਆਰੀ ਹੈ ਇੱਕ ਦਿਨ ਵੱਡੀ ਹੋ ਜਾਣੀ ਹੈ ਫਸਲ। ਫਿਰ ਮੈਂ ਬੇਨਤੀ ਕਰਾਂ ਸਮਝੋ ਮੇਰੀ ਅਰਜ ਨੂੰ, ਮਹਾਰਾਜ ਨੇ ਕਿਹਾ ਬਚਪਨ ਬਚ ਗਿਆ ਜਵਾਨੀ ਬਚ ਗਈ ਮੌਤ ਨਹੀਂ ਆਈ, ਜਿੱਦਣ ਇੱਕ ਦਿਨ ਫਸਲ ਪੱਕ ਗਈ, ਅਖੀਰ ਤਾਂ ਸੱਚ ਇਹੀ ਹੈ ਨਾ ਕਿ ਤਿਆਰੀ ਰੱਖ ਚਲੇ ਫਿਰ ਜਾਣਾ। ਬੁੱਲੇ ਨੇ ਬੜੇ ਸੋਹਣੇ ਸ਼ਬਦ ਕਹੇ ਸਨ, ਉਹਨੇ ਆਪਣੇ ਦਾੜੇ ਨੂੰ ਹੱਥ ਮਾਰਿਆ, ਸੂਫੀ ਫਕੀਰ ਕਹੇ ਹੱਥ ਮਾਰਿਆ,
ਉਹਦੇ ਹੱਥਾਂ ਵਿੱਚ ਦਾੜੇ ਵਿੱਚੋਂ ਚਿੱਟੇ ਕੇਸ ਨਜ਼ਰ ਆਏ, ਚਿੱਟੇ ਵਾਲ ਉਹਦੇ ਹੱਥ ਵਿੱਚ ਮਨੁੱਖ ਦਿਸੇ ਤੇ ਅੱਖਾਂ ਭਰ ਇੰਨਾ ਰੋਣ ਲੱਗ ਗਏ। ਚਿੱਟੇ ਵਾਲਾਂ ਨੂੰ ਦੇਖਦਾ ਤੇ ਰੋਈ ਜਾਂਦਾ। ਜਿਹੜੇ ਚਾਕੜੇ ਬਾਲਕ ਕੋਲ ਸਨ ਸੇਵਕ ਮੁਰੀਦ, ਕਈਆਂ ਦੇ ਮਨ ਵਿੱਚ ਆਇਆ ਆਖਰ ਏਡਾ ਫਕੀਰ ਏ, ਬੁਢੇਪਾ ਲੱਗਦਾ ਇਹਨੂੰ ਵੀ ਚੰਗਾ, ਇਹਦੀ ਧੌਲੇ ਵੇਖ ਕੇ ਰੋਣ ਲੱਗ ਗਿਆ। ਕਈਆਂ ਸਹੁੰ ਕਰ ਦਿੱਤਾ ਕਿ ਸਾਈਂ ਜੀ ਇਹ ਕੀ ਖੇਡ, ਕਹਿੰਦੇ ਮੈਂ ਇਸ ਕਰਕੇ ਨਹੀਂ ਰੋਇਆ ਕਿ ਮੇਰੇ ਤੇ ਬਜ਼ੁਰਗੀ ਆ ਗਈ, ਮੇਰੇ ਬਾਲ ਚਿੱਟੇ ਹੋਣ ਲੱਗ ਗਏ, ਮੈਂ ਇਸ ਕਰਕੇ ਅੱਖਾਂ ਭਰੀਆਂ ਨੇ, ਮੇਰੇ ਖੁਦਾ ਤੂੰ ਤਾਂ ਸੱਦ ਲਾਣੀ ਸ਼ੁਰੂ ਕਰ ਦਿੱਤੀ ਹੈ, ਸੱਦ ਵਿੱਚ ਸੁਨੇਹ ਘੱਲਣੇ ਸ਼ੁਰੂ ਕਰ ਦਿੱਤੇ ਨੇ। ਇਹ ਸੁਨੇਹ ਕਹਿੰਦੇ ਅੱਗੇ ਦੀ ਤਿਆਰੀ ਸੀ ਕੌਣ, ਕਹਿੰਦੇ ਮਤਲਬ ਫਕੀਰ ਜ਼ਿੰਦਗੀ ਕਮਾਉਂਦਾ ਪਿਆ ਹੈ ਪਰ ਫਿਰ ਵੀ ਇੱਕ ਸ਼ਬਦ ਵਰਤ ਰਿਹਾ, ਕਹਿੰਦੇ ਉਹ ਮੇਰੇ ਖੁਦਾ ਮੈਂ ਤਾਂ ਖਾਲੀ ਚਰਖੇ ਤੇ ਇੱਕ ਤੰਦ ਪਾ ਕੇ ਨਹੀਂ ਦੇਖੀ ਤੇ ਤੂੰ ਅਗਲੇ ਦੇ ਸੱਦੇ ਸੁਨੇਹੇ ਮੈਨੂੰ ਭੇਜਣੇ ਸ਼ੁਰੂ ਕਰ ਦੇ, ਮੇਰੇ ਭਾਵ ਅੰਤ ਕਰ ਦੇਣਾ, ਭਾਵ ਖਾਲੀ ਮੇਰੇ ਜੀਵਨ ਨੇ ਉਹ ਆਨੰਦ ਉਹ ਖੇੜਾ ਉਹ ਪ੍ਰਾਪਤ ਨਹੀਂ ਕੀਤਾ ਜੋ ਇਸ ਜ਼ਿੰਦਗੀ ਦਾ ਮਨੋਰਥ ਸੀ, ਪਰ ਜ਼ਿੰਦਗੀ ਇੰਨੀ ਘੱਟ ਕਿ ਅਗਲੇ ਦਾ ਸਮਾਂ ਮੈਨੂੰ ਨੇੜੇ ਦਿਸਦਾ, ਚੱਲਣ ਦੀ ਤਿਆਰੀ ਕਰਨੀ ਹੈ। ਮੈਂ ਫਿਰ ਬੇਨਤੀ ਵੱਲ ਆਵਾਂ ਕਿ ਇਹ ਗੁਰੂ ਨਾਨਕ ਸਾਹਿਬ ਕਹਿੰਦੇ ਧਨ ਜਵਾਨੀ ਮਨ ਨੂੰ ਇੱਕ ਨਿੱਕੇ ਫੁੱਲ ਦੀ ਤਰ੍ਹਾਂ ਨੇ, ਧਨ ਜੋਬਨ ਅਰ ਫੁੱਲੜਾ ਨਾਚੀ ਅੜੇ ਦਿਨ ਚਾਹ, ਚਾਹ ਕੁ ਦਿਨਾਂ ਤੋਂ ਬਾਅਦ ਇਹਨੇ ਜਿੰਨੇ ਮਿਟ ਜਾਣਾ ਜਿੰਨੇ ਨਾਸ਼ ਹੋ ਜਾਣਾ, ਅੱਜ ਖਿੜਿਆ ਚਾਹ ਦਿਖਾੜੇ ਖਿੜੇਗਾ ਉਸ ਤੋਂ ਬਾਅਦ ਇਹਨੇ ਮੁਰਝਾ ਜਾਣਾ। ਧਨ ਜੋਬਨ ਅਰ ਫੁੱਲੜਾ ਨਾਚੀ ਅੜੇ ਦਿਨ ਚਾਹ, ਪੱਪਨ ਕਿਹੜੇ ਪੱਤ ਜਿਉਂ ਢਲ ਢੁੱਲ ਜ਼ੁੰਮਣ ਖਾਨ, ਜ਼ੁੰਮਣ ਖਾਨ ਦਾ ਅਰਥ ਬੀਤ ਜਾਣਾ ਨਾਸ਼ਵੰਤ, ਇਹਦਾ ਅਰਥ ਹੈ ਵੈਸੇ ਗੁਰਮੁਖ ਪਿਆਰੇ ਮਹਾਂਪੁਰਖ ਪ੍ਰੋਫੈਸਰ ਸਾਹਿਬ ਸਿੰਘ ਤਾਂ ਇਹ ਕਰਦੇ ਨਾਸ਼ਵੰਤ, ਪਰ ਗੁਰਮੁਖ ਪਿਆਰੇ ਦੇ ਅਰਥ ਕਰਦੇ ਸਨ ਕਿ ਜਿਹਨੇ ਚਲੇ ਜਾਣਾ ਹੈ, ਆਇਆ ਹੈ ਪਰ ਜਿਹਨੇ ਚਲੇ ਜਾਣਾ ਹੈ। ਕਹਿੰਦੇ ਨੇ ਜਿਵੇਂ ਇੱਕ ਪਾਣੀ ਦੇ ਕੰਢੇ ਤੇ ਚੌਕਤੀ ਦੇ ਬੂਟੇ ਖਿੜੇ ਨੇ ਤੇ ਉਹਦੇ ਜਿਹੜੇ ਪੱਤਰ ਨੇ ਉਹ ਕੁਝ ਸਮਾਂ ਖੁਸ਼ ਖੇੜੇ ਵਿੱਚ ਆਉਂਦੇ ਨੇ, ਹਰਿਆਵਲ ਵਿੱਚ ਆਉਂਦੇ ਨੇ ਤੇ ਕੁਝ ਸਮੇਂ ਤੋਂ ਬਾਅਦ ਉਹ ਖਿੜੇ ਕੋਈ ਪੱਤਰ ਮੁਰਝਾ ਜਾਂਦੇ ਨੇ। ਮੈਂ ਇਹਦੇ ਭਾਵ ਅਰਥ ਕਰ ਦੇਣਾ ਕਿ ਜਿਵੇਂ ਪਾਣੀ ਦੇ ਕੰਢੇ ਤੇ ਚੌਕਤੀ ਖਿੜੀ ਉਹਦੀ ਹਰਿਆਵਲ ਦਿਸੀ ਪਰ ਉਹਨੇ ਸਦਾ ਨਹੀਂ ਰਹਿਣਾ, ਕੁਝ ਘੜੀਆਂ ਦੇ ਵਿੱਚ ਉਹਨੇ ਬੀਤ ਜਾਣਾ ਹੈ। ਜਾਂ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰੂ ਨੇ ਇਹਦੇ ਲਈ ਸ਼ਬਦ ਇਹ ਵੀ ਵਰਤਿਆ, ਹਜ਼ੂਰ ਨੇ ਤਾਂ ਇੱਕ ਖੁੰਭ ਦੀ ਦਰਦ ਨਹੀਂ ਦਿੱਤੀ, ਕਿਉਂ ਦਰਦ ਦੇਣੀ ਪਈ? ਮਹਾਰਾਜ ਕਹਿੰਦੇ ਇਸ ਕਾਇਆ ਦਾ ਗਰੂਰ ਕਰਦਾ, ਇਸ ਸਰੀਰ ਦਾ ਹੰਕਾਰ ਇਹਦਾ ਮਾਣ ਕਿਸਦਾ? ਮਹਾਰਾਜ ਜੀ ਕਿਉਂ ਕਹਿਣਗੇ ਉਹ ਕਮਲੇ ਜੀਵ ਸਭ ਤੋਂ ਘੱਟ ਸਮਾਂ ਇੱਕ ਖੁੰਭ ਦਾ ਖੇੜਾ ਏ, ਚਲੋ ਉਹਦੀ ਵੀ ਕੁਝ ਸਮਾਂ ਬੁਨਿਆਦ ਹੋਵੇਗੀ ਪਰ ਇਹ ਇਨਸਾਨ ਤੇਰੀ ਤਾਂ ਇੰਨੀ ਵੀ ਮੁਨਿਆਦ ਨਹੀਂ ਜਿੰਨੀ ਇੱਕ ਖੁੰਭ ਦੀ ਮੁਨਿਆਦ, ਦਮ ਹੈ ਤੇ ਜ਼ਿੰਦਗੀ ਏ, ਇੱਕ ਦਮ ਆਇਆ ਤੇ ਜੀਵਨ ਗਏ, ਇੱਕ ਸਵਾਸ ਰੁਕਿਆ ਤੇ ਮੌਤ ਗਏ। ਇਹਦਾ ਮਤਲਬ ਇੱਕ ਦਮ ਤੇ ਖੜੀ ਹੋਈ ਜ਼ਿੰਦਗੀ ਤੇ ਉਹ ਮੈਂ ਫਿਰ ਅਰਜ਼ ਕਰਾਂਗਾ ਉਹ ਦਮ ਉਹ ਜੀਵ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਉਸ ਕਰਤੇ ਤੋਂ ਬਿਨਾਂ ਇਹਦਾ ਇੱਕ ਦਮ ਵੀ ਨਹੀਂ। ਤੂੰ ਕਾਹੇ ਗਰਭ ਹੈ ਬਾਪ ਦੀ, ਜੈਸੇ ਭਾਦੋਏ ਖੁੰਭ ਰਾਤ, ਤੂੰ
ਦਿਸਤੇ ਖਰੀ ਉਤਾਵਲੀ। ਉਤਾਵਲੀ ਮਤਲਬ ਕਾਲੀ। ਕਹਿੰਦੇ ਜਿਵੇਂ ਭਾਦੋ ਦੀਆਂ ਖੂਹਾਂ ਨੇ ਉਹ ਕਾਲੀਆਂ ਦੇ ਗੀਤਣ ਨੂੰ, ਕਹਿੰਦੇ ਉਹਨਾਂ ਦੀ ਵੀ ਕੁਝ ਸਮਾਂ ਚਲੋ ਘੱਟੋ ਘੱਟ ਕੁਝ ਸਮਾਂ ਤਾਂ ਉਹਦੀ ਮੁਨਿਆਦ ਹੈ, ਪਰ ਕਮਲੀ ਕਾਇਆ ਤੂੰ ਤਾਂ ਚੱਲਣ ਵੀ ਉਸ ਖੁੰਭ ਤੋਂ ਵੀ ਕਾਲੀ ਹੈ, ਉਤਾਵਲੀ ਹੈ। ਜੈਸੇ ਭਾਦੋ ਹੀ ਖੁੰਭ ਰਾਤ ਤੂੰ ਤਿਸਤੇ ਖਰੀ ਉਤਾਵਲੀ, ਉਹਦੇ ਤੂੰ ਵੀ ਕਾਲੀ ਹੈ ਚੱਲਣ। ਗੁਰੂ ਨਾਨਕ ਸਰਕਾਰ ਨੇ ਫੱਪਣ ਕਿਹੜੇ ਪੱਤ ਚ, ਜਿਵੇਂ ਚੌਕਤੀ ਦੇ ਖਿੜੇ ਪੱਤਰ ਨੇ ਪਰ ਉਹਨਾਂ ਸਦਾ ਨਹੀਂ ਰਹਿਣਾ। ਢਾਲ ਢੋਲ ਬੀਤ ਜਾਣਗੇ, ਨਾਸ਼ ਹੋ ਜਾਣਗੇ, ਚੁੰਮਣ ਖਾਨ ਉਹਨਾਂ ਚਲੇ ਜਾਣਾ ਇੱਕ ਢਲ ਢੁੱਲ ਚੁੰਮਣ ਖਾਨ। ਪਰ ਇਹ ਤਾਂ ਇੱਥੋਂ ਤੱਕ ਇੰਨੀ ਕੁ ਸਮਝ ਪਈ ਕਿ ਕਾਇਆ ਇਹ ਜੀਵਨ ਸਦੀਵ ਨੇ। ਮੈਂ ਸਿਰਫ ਜੋ ਬੇਨਤੀ ਕਰਾਂ, ਕੁਝ ਵੀ ਤੁਸੀਂ ਦੇਖੋ, ਬੰਦਾ ਜਦੋਂ ਜਿਉਂਦਾ ਹੈ ਇਸ ਤਰ੍ਹਾਂ ਜਿਉਂਦਾ ਵੀ ਕਦੀ ਜਾਣਾ ਨਹੀਂ, ਤੇ ਜਿੱਦਣ ਜਾਂਦਾ ਇਸ ਤਰ੍ਹਾਂ ਜਾਂਦਾ ਵੀ ਕਦੀ ਆਇਆ ਹੀ ਨਹੀਂ। ਫਿਰ ਮੈਂ ਬੇਨਤੀ ਦੁਹਰਾ ਦੇਣਾ, ਜਦੋਂ ਇਨਸਾਨ ਜਿਉਂਦਾ ਹੈ, ਜਿਉਂਦਾ ਸੰਸਾਰ ਵਿੱਚ ਇਸ ਤਰ੍ਹਾਂ ਹੈ ਕਿ ਜੇ ਕਦੀ ਇਸ ਨੇ ਕੂਚ ਨਹੀਂ ਕਰਨਾ, ਜੀਵਨ ਇਸ ਤਰ੍ਹਾਂ ਬਤੀਤ ਕਰਦਾ, ਮੌਤ ਭੁੱਲੀ ਰਹਿੰਦੀ ਹੈ, ਤੇ ਜਿੱਦਣ ਮੌਤ ਆਉਂਦੀ ਹੈ ਇਸ ਤਰ੍ਹਾਂ ਨਕਸ਼ੇ ਜੋ ਮਿਲਦਾ ਵੀ ਜਿਵੇਂ ਕਦੀ ਆਇਆ ਹੀ ਨਹੀਂ ਹੁੰਦਾ ਇਨਸਾਨ ਹੈ। ਤਾਂ ਇਹੀ ਸੱਚ ਨਾ ਚਲਾ ਇਸ ਤਰ੍ਹਾਂ ਗਿਆ ਕਿ ਕਦੀ ਆਇਆ ਹੀ ਨਹੀਂ। ਇਹਨੂੰ ਸਤਿਗੁਰੂ ਜੀ ਕਹਿ ਰਹੇ ਨੇ ਇਹ ਚਲਾਏ ਮਾਨਕ ਹੈ, ਇਹ ਗੁਜ਼ਰਨ ਵਾਲਾ ਹੈ। ਪਰ ਅਗਲੇ ਯੁਗਾਂ ਦੇਖੋ ਆਇਆ ਤੇ ਚਲਾ ਗਿਆ। ਮਹਾਰਾਜ ਨੇ ਸਲੋਕ 12 ਤੇ ਵਧੀਕ ਵਿੱਚ ਗੁਰੂ ਸਾਹਿਬ ਜੀ ਦਾ ਇੱਕ ਪਾਪ ਸਲੋਕ ਹੈ, ਗੱਲ ਇੱਥੇ ਵੀ ਨੇਪਰੇ ਵਿਚਾਰ ਆਇਆ ਚਲਾ ਗਿਆ, ਇਹ ਵੀ ਤਾਂ ਜ਼ਿੰਦਗੀ ਨਿਕਲ। ਮਹਾਰਾਜ ਫਿਰ ਜੀਵਨ ਕੀ? ਹਜ਼ੂਰ ਦੀ ਇਹ ਪੰਕਤੀ ਇਹ ਸਲੋਕ ਪੜ੍ਹਦੇ ਹੋ ਆਪ ਜੀ, ਹਜ਼ੂਰ ਕਹਿੰਦੇ ਮਾਨੂੰ ਘੱਲੇ ਉੱਠੀ ਚੱਲੇ। ਮਾਨੂੰ ਦਾ ਅਰਥ ਹੈ ਮਨੁੱਖ, ਕਿ ਪਰਮਾਤਮਾ ਮਨੁੱਖ ਨੂੰ ਭੇਜਦਾ, ਉਹ ਕਰਦਾ, ਉਹ ਭੇਜਦਾ ਤੇ ਜੀਵ ਆਉਂਦਾ। ਜਾਂ ਤਿਸ ਭਾਣਾ ਮਾਨੂੰ ਘੱਲੇ, ਜਾਂ ਤਿਸ ਭਾਣਾ, ਜੇ ਪਰਮਾਤਮਾ ਦਾ ਭਾਣਾ ਭਾਣੇ ਦਾ ਹੁਕਮ ਹੈ, ਜਾਂ ਤਿਸ ਭਾਣਾ ਤੇ ਵੀ ਬੇਨਤੀ ਕਰਾਂ, ਕੱਲੀ ਮੌਤ ਰੱਬ ਦਾ ਭਾਣਾ ਨਹੀਂ, ਅਸਲ ਵਿੱਚ ਸਾਡੀ ਜ਼ਿੰਦਗੀ ਵੀ ਰੱਬ ਦਾ ਭਾਣਾ, ਜੀਵਨ ਵੀ ਤਾਂ ਰੱਬ ਦਾ ਭਾਣਾ ਹੈ, ਉਹਦੇ ਭਾਣੇ ਤੋਂ ਬਿਨਾਂ ਤਾਂ, ਹੁਕਮ ਤੋਂ ਬਿਨਾਂ ਤਾਂ ਜ਼ਿੰਦਗੀ ਵੀ ਨਹੀਂ। ਹਜ਼ੂਰ ਕਹਿਣ ਲੱਗੇ ਜਾਂ ਤਿਸ ਭਾਣਾ ਤਾਂ ਜੰਮਿਆ ਜੇ ਉਹਦਾ ਹੁਕਮ ਹੋਇਆ ਤੇ ਜੰਮਿਆ ਕਹਿ। ਤੇ ਫਿਰ ਸਤਿਗੁਰੂ ਨਾਲ ਇਹ ਵੀ ਕਿਹਾ ਕਿ ਜਿਨ ਕੀ ਚੀਰੀ ਦਰਗ ਹੈ ਪਾਤੀ ਤਿੰਨਾ ਮਰਨਾ। ਭਾਈ ਜਿੱਦਣ ਸਤ ਲਾਂਦਾ ਹੈ ਉਦਣ ਇਹ ਜੀਵ ਕੂਚ ਵੀ ਕਰ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਮੈਂ ਜੋ ਅਰਜ਼ ਕਰਨ ਲੱਗਾ ਸਾਂ, ਮਾਨੂੰ ਘੱਲੇ ਮਨੁੱਖ ਨੂੰ ਘੱਲਦਾ ਪਰਮੇਸ਼ਵਰ, ਸਦ ਲਾਂਦਾ ਤੇ ਉੱਠ ਕੇ ਚਲਾ ਜਾ। ਮਾਨੂੰ ਘੱਲੇ ਉੱਠੀ ਚੱਲੇ, ਸਦ ਲਾਈ ਉੱਠ ਗਿਆ ਭਾਵ ਮੌਤ ਆਈ ਚਲਾ ਗਿਆ। ਆਪ ਹੀ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਨਹੀਂ ਨਹੀਂ ਸਾਧਨਾ ਕੀ ਵੇਖੀ ਗੱਲ। ਕਹਿੰਦੇ ਇਸ ਗੱਲ ਵਿੱਚ ਜ਼ਿੰਦਗੀ ਜਿਉਣ ਦਾ ਕੋਈ ਸਵਾਦ ਨਹੀਂ ਆਇਆ, ਤੇ ਜੀਵਨ ਮਿਲਿਆ ਆਇਆ ਸਮਾਂ ਚਾਰ ਦਿਨ ਜ਼ਿੰਦਗੀ ਬਤੀਤ ਕੀਤੀ ਤੇ ਚਲਾ ਗਿਆ, ਇੱਥੇ ਕੁਝ ਕਮਾਇਆ ਹੀ। ਕਹਿੰਦੇ ਇਸ ਗੱਲ ਵਿੱਚ ਵੀ ਕੋਈ ਰਸ ਨਹੀਂ। ਮਾਨੂੰ ਘੱਲੇ ਉੱਠੀ ਚੱਲੇ, ਸਾਧਨਾ ਕੀ ਵੇਖੀ ਗੱਲੇ, ਇਸ ਗੱਲ ਵਿੱਚ ਕੋਈ ਰਸ ਨਹੀਂ ਆਇਆ। ਮਹਾਰਾਜ ਫਿਰ ਕਰੇ ਕੀ? ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਦੀ ਅਗਲੇਰੀ ਤੁਕ ਪੜੋ। ਸਾਹਿਬ ਨੇ ਕਿਹਾ ਰੰਗ ਮਾਣ ਲੈ ਪਿਆਰਿਆ ਜਾਂ ਜੋਬਣ ਨੂੰ ਹੁੱਲਾ। ਹੇ ਮੇਰੇ ਪਿਆਰੇ, ਪਿਆਰੇ ਸ਼ਬਦ ਇੱਥੇ ਜੀਵ ਲਈ ਵਰਤਿਆ ਗਿਆ, ਜੀਵ ਆਤਮਾ। ਹੇ ਮੇਰੀਏ ਪਿਆਰੀਏ ਜਿੰਦੇ,
ਤੇਰੇ ਕੋਲ ਇੱਕ ਜੋੜਨ ਦਾ ਸਮਾਂ ਹੈ, ਆਤਮਿਕ ਰੰਗ ਮਾਨਣ ਦਾ ਤੂੰ ਮਾਨ ਲੈ। ਭੁਲਾਰਾ ਇੱਕੋ ਹੀ ਜ਼ਿੰਦਗੀ ਦਾ, ਜਾਂ ਜੋੜਨ ਨੂੰ ਭੁੱਲਾ। ਜਦੋਂ ਤੇਰੇ ਕੋਲ ਸਮੇਂ ਤੂੰ ਆਤਮਿਕ ਰੰਗ ਮਾਨ। ਮਹਾਰਾਜ ਕਿਉਂ? ਸਾਹਿਬ ਕਹਿਣਗੇ, ਦਿਨ ਥੋੜ੍ਹ ਡੇ ਥੱਕੇ ਭਇਆ ਪੁਰਾਣਾ ਚੋੜ। ਕਹਿੰਦੇ ਵੀ ਖੇਡ ਥੋੜ੍ਹੇ ਕੁ ਦਿਨਾਂ ਦੀ, ਇੱਕ ਦਿਨ ਇਸ ਜੋੜੇ ਨੇ ਵੀ ਪੁਰਾਣਾ ਹੋ ਜਾਣਾ, ਇਸ ਤਨ ਨੇ ਵੀ ਥੱਕ ਜਾਣਾ, ਤੇ ਜਿੱਦਣ ਇਹ ਥੱਕ ਗਿਆ, ਚੇਤੇ ਰੱਖੀ ਉਸ ਤੋਂ ਬਿਨਾਂ ਜ਼ਿੰਦਗੀ ਤੇਰੇ ਹੱਥੋਂ ਖਿਸਕ ਜਾਣੀ। ਇੱਥੇ ਮੈਂ ਕਿੰਨੀ ਰੁਕ ਕੇ ਬੇਨਤੀ ਕਰਾਂਗਾ। ਆਪ ਦੇਖੋ, ਅੱਜ ਵੀ ਤੁਸੀਂ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ। ਮੈਂ ਇੱਥੇ ਅਰਜ਼ ਕਰਾਂਗਾ, ਅਸਲ ਵਿੱਚ ਇਸ ਜੀਵਨ ਵਿੱਚ ਵਿਚਰਦਿਆਂ ਇਨਸਾਨ ਕੋਲੋਂ ਪਤਾ ਨਹੀਂ ਕਿਤਨੇ ਗੁਨਾਹ ਹੁੰਦੇ। ਜੇ ਸ਼ਬਦ ਨਹੀਂ ਮੈਂ ਵਰਤਾਂਗਾ, ਕਿਵੇਂ ਕਹਿੰਦੇ ਵੀ ਜੇ ਕੋਈ ਭੁੱਲ ਚੁੱਕ, ਜੇ ਨਹੀਂ ਇਹ ਪਰਮਾਤਮਾ ਕੇ ਸਵਕਾਰ ਕੇ ਦਾਤਾ ਜੀ, ਅਸੀਂ ਭੁੱਲਣ ਖਾਰਖਾਂ, ਸਾਡੇ ਤੋਂ ਭੁੱਲਾਂ ਹੁੰਦੀਆਂ। ਇਸ ਦਿਨ ਕੀਤੀ ਕੋਈ ਅਰਦਾਸ, ਕੀਤੀ ਕੋਈ ਬੇਨਤੀ ਹੀ ਗੁਰੂ ਚਰਨਾਂ ਵਿੱਚ ਗੁਜ਼ਰ ਚੁੱਕੇ ਪ੍ਰਾਣੀ ਦਾ ਇਹ ਸਭ ਤੋਂ ਵੱਡਾ ਆਸਰਾ। ਮੈਂ ਅਰਜ਼ ਕਰਨ ਲੱਗਾ, ਇਸ ਸੰਸਾਰ ਵਿੱਚ ਵਿਚਰਦੇ ਇਨਸਾਨ ਕੋਲ ਗੁਰਖ ਹੁੰਦੀ, ਗੁਨਾਹ ਹੁੰਦਾ, ਪਰ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਫੈਸਲਾ ਹੈ। ਭਾਈ ਸਾਹਿਬ ਜੀ ਦੇ ਸ਼ਬਦ ਨੇ, ਤਿੰਨ ਚਾਰ ਭਾਈ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਿਵੇਂ ਇੱਕ ਕਾਗਜ਼, ਉਹਦੇ ਤੇ ਪਾਣੀ ਦੀ ਬੂੰਦ ਵੀ ਡਿੱਗੇ ਤੇ ਕਾਗਜ਼ ਗਲ ਜਾਂਦਾ ਹੈ। ਮੈਂ ਸੰਖੇਪ ਜਾਂਚ ਕਰਾਂਗਾ, ਪਰ ਉਸੇ ਕਾਗਜ਼ ਨੂੰ ਜੇ ਘਿਓ ਦੇ ਥਿਆਈ ਵਿੱਚ ਰੱਖਿਆ ਜਾਏ, ਫਿਰ ਪਾਣੀ ਪਾਓ ਤੇ ਉਹ ਕਾਗਜ਼ ਗਲਦਾ। ਭਾਈ ਸਾਹਿਬ ਕਹਿੰਦੇ ਨੇ, ਜਿਵੇਂ ਇੱਕ ਭਰਿਆ ਹੋਇਆ ਬੂੰਦ ਦਾ ਗੁਦਾਮ ਨਿੱਕੀ ਜੀ ਚੰਗਿਆਰੀ ਨਾਲ ਸੜ ਕੇ ਸਵਾਹ ਹੋ ਜਾਂਦਾ ਹੈ, ਉਸੇ ਰੂਹ ਤੋਂ ਬੱਤੀ ਹੋਈ ਨਿੱਕੀ ਜੀ ਬੱਤੀ ਕਈ ਕਈ ਰਾਤਾਂ ਪ੍ਰਕਾਸ਼ ਬਣ ਕੇ ਕਰਦੀ ਰਹਿੰਦੀ, ਪਰ ਉਹ ਸੜਦੀ। ਜਿਵੇਂ ਇੱਕ ਨਿੱਕਾ ਜਿਹਾ ਬਰੀਕ ਲੋਹੇ ਦਾ ਕਿਲ ਪਾਣੀ ਵਿੱਚ ਡਿੱਗਦਿਆਂ ਸਾਰ ਡੁੱਬ ਜਾਂਦਾ ਹੈ, ਪਰ ਕੁਆਂਟਲਾਂ ਕਣਾਂ ਦੇ ਹਿਸਾਬ ਨਾਲ ਬੇੜੇ ਵਿੱਚ ਰੱਖਿਆ ਹੋਇਆ ਲੋਹਾ ਪਾਰ ਹੋ ਜਾਂਦਾ। ਇਹਨਾਂ ਤਿੰਨ ਉਦਾਹਰਨਾਂ ਦਾ ਭਾਵ ਅਰਥ ਸੀ। ਪਹਿਲੀ ਗੱਲ, ਕਾਗਜ਼ ਇਕੱਲਾ ਗਲਦਾ ਹੈ, ਪਰ ਜੇ ਘਿਓ ਦੀ ਸੰਗਤ ਵਿੱਚ ਚਲਾ ਜਾਏ ਤੇ ਪਾਣੀ ਗਲਦਾ ਨਹੀਂ, ਥੰਧਿਆ ਥੰਧਿਆ ਥਿੰਦਾ, ਉਸਨੂੰ ਗਲਣ ਨਹੀਂ ਦਿੰਦਾ। ਮਹਾਰਾਜ ਭਾਈ ਗੁਰਦਾਸ ਸਿੰਘ ਕਹਿਣਾ ਚਾਹੁੰਦੇ ਨੇ, ਇਕੱਲਾ ਆਪਣੇ ਗਿਆਨ ਤੇ ਸਿਆਣਪ ਤੇ ਆਪਣੇ ਦਾਅਵੇ ਕਰਦਾ ਰਹੇਗਾ, ਚੇਤੇ ਰੱਖੀ ਹੰਕਾਰ ਕਾਮ ਦੇਵੇਗਾ, ਜਦੋਂ ਸੰਗਤ ਦਾ ਸੰਗ ਮਿਲ ਜਾਏਗਾ। ਇਸ ਤਰ੍ਹਾਂ ਜਿਵੇਂ ਕਾਗਜ਼ ਨੂੰ ਥੰਧਿਆਈ ਮਿਲ ਗਈ, ਸੰਗਤ ਦੀ ਅਰਦਾਸ ਇਸ ਤਰ੍ਹਾਂ ਜਿਵੇਂ ਤੇਰੇ ਗਲਣ ਵਾਲੇ ਗੁਨਾਹਾਂ ਦੇ ਭਰੇ ਜੀਵਨ ਨੂੰ ਇੱਕ ਸੰਗਤ ਦੇ ਸ਼ਬਦ ਦੀ ਕੀਤੀ ਹੋਈ ਅਰਦਾਸ ਦੀ ਥੰਧਿਆਈ ਮਿਲ ਗਈ। ਸੰਗਤ ਦੀ ਸੰਗਤ ਦਾ ਸੰਗ ਬਖਸ਼ਦਾ ਹੈ। ਤੇ ਮੈਂ ਇੱਥੇ ਇਤਿਹਾਸ ਤੋਂ ਵੀ ਉਦਾਹਰਣ ਦੇਣੀ ਚਾਹਾਂ, ਇਹ ਕੋਈ ਅਣਕਥਨੀਆਂ ਗੱਲਾਂ ਨਹੀਂ। ਅੱਜ ਭਾਵੇਂ ਰੌਲਾ ਪੈਂਦਾ ਵੀ ਇਹ ਪੁਰਾਣੀਆਂ ਗੱਲਾਂ ਸੰਗਤ ਦੀਆਂ, ਸ਼ਬਦ ਦੀਆਂ, ਨਾਮ ਦੀਆਂ, ਬਾਣੀ ਦੀਆਂ। ਪਰ ਮੈਂ ਬੇਨਤੀ ਕਰਾਂਗਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਕੀ ਤੁਸੀਂ ਉਹਨਾਂ ਗੁਰਸਿੱਖਾਂ ਨੂੰ ਭੁੱਲ ਜਾਓਗੇ? ਆਇਆ ਤਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਵਿੱਚ, ਮਹਾਰਾਜ ਦਾ ਦਰਬਾਰ ਸਜਿਆ, ਸੰਗਤ ਨੂੰ ਹਜ਼ੂਰ ਉਪਦੇਸ਼ ਦਿੰਦੇ ਪਏ,
ਕਿ ਸੰਗਤ ਦੇ ਵਿੱਚ ਕੋਈ ਆਏ ਇੱਥੇ ਮਨਾਈ ਨਹੀਂ। ਸਤ ਸੰਗਤ ਵਿੱਚ ਦੋ ਥਾਵਾਂ ਨੇ, ਪੰਗਤ ਤੇ ਸੰਗਤ ਵਿੱਚ ਕਦੀ ਵਿਤਕਰਾ ਨਹੀਂ ਹੁੰਦਾ। ਗੁਰੂ ਨਾਨਕ ਦੇ ਘਰ ਕਦੀ ਵਿਤਕਰਾ ਨਹੀਂ ਹੁੰਦਾ। ਸਤ ਸੰਗਤ ਦੇ ਵਿੱਚ ਸ਼ਬਦ ਦਾ ਲੰਗਰ ਸਮਾਨ ਵਰਤਾਇਆ ਜਾਂਦਾ, ਪੰਗਤ ਦੇ ਵਿੱਚ ਇੱਕ ਸਮਾਨ ਪੇਟ ਦੀ ਭੁੱਖ ਮਿਟਾਉਣ ਦੇ ਵੀ ਲੰਗਰ ਵਰਤਾਇਆ ਜਾਂਦਾ। ਪੰਗਤ ਤੇ ਸੰਗਤ, ਹੁਣ ਸੰਗਤ ਵਿੱਚ ਕੋਈ ਆਏ, ਮਹਾਰਾਜ ਦਾ ਦਰਬਾਰ ਸਜਿਆ, ਸੰਗਤ ਵਿੱਚ ਕੋਈ ਇਨਸਾਨ ਬੈਠਾ ਹੈ, ਉਹਨੇ ਕੁਝ ਘੜੀਆਂ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਤੇ ਕੁਝ ਦੇਰ ਤੋਂ ਬਾਅਦ ਉਹਦੇ ਪਿੱਛੇ ਕੁਝ ਇਨਸਾਨ ਨੂੰ ਲੱਭਦੇ ਹੋਏ ਸਤ ਸੰਗਤ ਵਿੱਚ ਪੁੱਜ ਗਏ। ਮਹਾਰਾਜ ਨੇ ਦੇਖਿਆ ਵੀ ਕੁਝ ਭਾਗ ਦੇ ਹਜ਼ੂਰ ਨੇ ਪੁੱਛ ਲਿਆ, ਕਿਵੇਂ ਆਏ, ਕੌਣ? ਕਹਿੰਦੇ, ਦਾਦਾ ਜੀ ਗੁਸਤਾਖੀ ਲਈ ਮਾਫ਼ੀ ਦਿਆ ਦੇ, ਅਸੀਂ ਚੋਰ ਲੱਭਣੇ ਪਏ। ਤੇ ਹਜ਼ੂਰ ਦੇ ਸ਼ਬਦ ਸਨ, ਫਿਰ ਸਤ ਸੰਗਤ ਵਿੱਚ ਕਿਵੇਂ? ਕਹਿੰਦੇ, ਮਹਾਰਾਜ ਅਸੀਂ ਚੋਰ ਦੀ ਪੈਰ ਦੱਬਦੇ ਆਏ ਹਾਂ, ਸਾਡੇ ਚੋਰ ਦੇ ਪੈਰਾਂ ਦੇ ਨਿਸ਼ਾਨ ਸਤ ਸੰਗਤ ਵੱਲ ਆਏ। ਮਹਾਰਾਜ ਦੇ ਮੁੱਖੋਂ ਇੱਕੋ ਸ਼ਬਦ ਨਿਕਲਿਆ, ਹਜ਼ੂਰ ਕਹਿ ਲੱਗੇ, ਭਲੇ ਹੋ, ਇੱਥੇ ਤਾਂ ਸਤ ਸੰਗੀ ਬੈਠੇ ਨੇ, ਇੱਥੇ ਤੁਹਾਡਾ ਚੋਰ ਕਿੱਥੇ ਹੋਣਾ? ਦੇਖੋ ਇਹ ਸ਼ਬਦ ਤੀਨ ਦੁਨੀਆਂ ਦੇ ਪਾਤਸ਼ਾਹ ਦੇ ਮੁੱਖੋਂ ਨਿਕਲੇ। ਮਹਾਰਾਜ ਨੇ ਕਿਹਾ, ਇੱਥੇ ਸਭ ਸਤ ਸੰਗੀ ਬੈਠੇ ਨੇ, ਇੱਥੇ ਤੁਹਾਡਾ ਚੋਰ ਕਿੱਥੋਂ? ਇੰਨੇ ਸ਼ਬਦ ਹਜ਼ੂਰ ਨੇ ਕਹੇ, ਉਹ ਭੁੱਲ ਲਈ ਖਿਮਾ ਮੰਗਦੇ ਨੇ, ਇੰਨੀ ਦੇਰ ਨੂੰ ਸੰਗਤ ਦੇ ਵਿੱਚੋਂ ਉਹਨਾਂ ਦਾ ਗੁਨੇਗਾਰ ਉੱਠ ਕੇ ਬੇਨਤੀ ਕਰਦਾ, ਗੁਰੂ ਅਰਜਨ ਸਾਹਿਬ ਇਹ ਝੂਠ ਨਹੀਂ ਬੋਲਦੇ ਪਏ, ਪਰ ਮੇਰੀ ਜ਼ਮੀਰ ਨੇ ਅੱਜ ਇਜਾਜ਼ਤ ਨਹੀਂ ਦਿੱਤੀ, ਛੁਪਿਆ ਤਾਂ ਮੈਂ ਬਚਣ ਨਹੀਂ ਸਾਂ, ਪਰ ਸਤ ਸੰਗਤ ਤੇ ਤੁਹਾਡੇ ਸ਼ਬਦਾਂ ਨੂੰ ਸੁਣ ਕੇ ਕਹਿ ਰਿਹਾ, ਇਹਨਾਂ ਦਾ ਚੋਰ ਗੁਨੇਗਾਰ ਮੈਂ ਤਾਂ ਸਜ਼ਾ ਮਿਲਣੀ ਚਾਹੀਦੀ। ਇਹ ਕੌਣ ਸੀ? ਭਾਈ ਵਿਧੀ ਚੰਦ ਸੀ। ਮਹਾਰਾਜ ਨੇ ਉਸ ਦਿਨ ਜਦੋਂ ਖੜਾ ਹੋਇਆ ਸੰਗਤ ਵਿੱਚ, ਉਹ ਜ਼ਿੰਦਗੀ ਦਾ ਗੁਨਾਹਾਂ ਦਾ ਆਖਰੀ ਪੈਰ ਸੀ ਜੋ ਪਿਛਲਾ ਬੀਤ ਗਿਆ, ਇੱਕ ਘੜੀ ਦੀ ਸੰਗਤ ਨੇ ਉਹਨੂੰ ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਭੋਰਾ ਬਣਾ ਦਿੱਤਾ। ਇੱਥੋਂ ਤੱਕ ਉਸ ਘੜੀ ਦੀ ਕਮਾਈ ਕੋਈ ਸਤ ਸੰਗਤ ਨੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਖਸ਼ਿਸ਼ਾਂ ਨਾਲ ਨਵਾਜੇ ਗਏ ਕਿ ਵਿਧੀ ਚੰਦ ਸੀਨਾ, ਸਤਿਗੁਰ ਕਾ ਸੀਨਾ, ਪ੍ਰੇਮ ਭਗਤ ਲੀਨਾ, ਕਦੇ ਕਮੀ ਨਾ ਪਰਨੇ। ਸਾਖੀ ਦੇ ਵਿਸਤਾਰ ਵਿੱਚ ਨਹੀਂ, ਜੋ ਮੈਂ ਪ੍ਰਕਰਨ ਵਿੱਚ ਬੇਨਤੀ ਕਰ ਰਿਹਾ ਸਾਂ ਕਿ ਜੇ ਸਤ ਸੰਗਤ ਦਾ ਸਹਾਰਾ ਮਿਲ ਜਾਏ, ਬੰਦੇ ਦੇ ਗੁਨਾਹ ਇਹਦੀਆਂ ਗਲਤੀਆਂ ਸੰਗਤ ਅਰਦਾਸ ਕਰੇ ਤੇ ਗੁਰੂ ਬਖਸ਼ਿੰਦ ਕਹੇ। ਭਾਈ ਸਾਹਿਬ ਨੇ ਕਿਹਾ, ਜਿਵੇਂ ਕਾਗਜ਼ ਇਕੱਲਾ ਗਲਦ ਹੈ ਪਰ ਸੰਗਤ ਬਖਸ਼ਿੰਦ ਹੈ। ਦੂਜੀ ਭਾਈ ਸਾਹਿਬ ਉਦਾਹਰਨ ਦਿੰਦੇ ਨੇ ਕਿ ਰੂਹ ਸੜਦਾ ਹੈ ਪਰ ਜਦੋਂ ਦੀਵੇ ਤੇ ਤੇਲ ਦੀ ਸੰਗਤ ਵਿੱਚ ਇੱਕ ਨਿੱਕੀ ਜਿਹੀ ਬੱਤੀ ਚਲੀ ਜਾਏ ਤੇ ਉਹ ਕਈ ਕਈ ਰਾਤਾਂ ਬਲਦੀ ਹੈ। ਪਿਆਰਿਓ, ਇਹ ਜੀਵ ਵਕਾਰਾਂ ਵਿੱਚ ਸੜਦਾ ਪਿਆ, ਕੁਕਰਮਾਂ ਵਿੱਚ ਸੜ ਰਿਹਾ ਹੈ, ਪਰ ਕਿਤੇ ਇਸ ਜ਼ਿੰਦਗੀ ਨੂੰ ਨਾਮ ਦਾ, ਸ਼ਬਦ ਦਾ ਤੇਲ ਮਿਲ ਜਾਏ, ਗੁਰੂ ਦੇ ਸ਼ਬਦ ਦੀ ਕੇਕ ਮਿਲ ਜਾਏ, ਇਹ ਵਾਸ਼ਨਾਵਾਂ ਵਿੱਚ ਸੜਦਾ ਹੋਇਆ ਵੀ ਨਾਮ ਦੇ ਵਿੱਚ ਪ੍ਰਕਾਸ਼ ਕਰਨ ਲੱਗ ਜਾਂਦਾ, ਅੰਦਰੋਂ ਗੁਨਾਹ ਸੜਦੇ। ਭਾਈ ਸਾਹਿਬ ਨੇ ਕਿਹਾ, ਲੋਹਾ ਡੁੱਬਦਾ ਪਾਣੀ ਵਿੱਚ ਇਕੱਲਾ, ਪਰ ਜਦੋਂ ਬੇੜੀ ਦੀ ਲੱਕੜ ਦੀ ਸੰਗਤ ਮਿਲ ਜਾਏ, ਉਹ ਟੁੱਬਣ ਵਾਲਾ ਵੀ ਤਰਦਾ ਕਿ ਪਾਰ ਹੋ ਜਾਂਦਾ ਹੈ। ਇਹਨਾਂ ਨੇ ਇਕੱਲਾ ਜੀਵ ਭਵ ਸਾਗਰ ਵਿੱਚ ਡੁੱਬਦਾ ਹੈ, ਪਰ ਜਦੋਂ ਇਹਨੂੰ ਗੁਰੂ ਦਾ ਸੰਗ ਮਿਲ ਜਾਏ, ਗੁਰੂ ਇਸ ਨੂੰ ਡੁੱਬਦੇ ਹੋਏ ਨੂੰ ਵੀ ਤਾਰ ਕੇ
ਪਾਰ ਕਰ ਦਿੰਦਾ। ਇਹ ਭਾਈ ਗੁਰਦਾਸ ਸਿੰਘ ਦੀਆਂ ਪੰਕਤੀਆਂ ਨੇ ਕਿ ਜੈਸੇ ਕਿਰਤਾਸ ਕਰ ਚਾਰ ਜਦ ਊਂਦ ਪਰੀ ਕ੍ਰਿਤ ਸੰਬੰਧ ਜਦ ਮਤ ਸਾਵਧਾਨ ਕਹਿ ਘਿਓ ਦੀ ਸੰਗਤ ਨਹੀਂ ਗਰਮ ਦੇਦੀ ਕਾਗਜ਼ ਜੈਸੇ ਲੋਹ ਜੈਸੇ ਕੋਟ ਭਾਰ ਤੂਲ ਰੂਹ ਦੇ ਕਰੋੜਾਂ ਪੰਡਾਂ ਬੱਚੀਆਂ ਹੋਣ ਪਾ ਜੈਸੇ ਕੋਟ ਭਾਰ ਤੂਲ ਤਨਕ ਚਿਣਕ ਜਰੈ ਇੱਕ ਛੋਟੀ ਜੀ ਚਿੰਗਿਆੜੀ ਛਾਣ ਦਿੰਦੀ ਹੈ ਤੇਰ ਮੇਲ ਦੀਪਕ ਮੈਂ ਬਾਕੀ ਵਿਦਮਾਤ ਹੈ। ਭਾਈ ਸਿੰਘ ਨੇ ਕਿਹਾ ਜੈਸੇ ਲੋਹ ਕੂਟ ਜਾਤ ਸਲ ਮੈਂ ਦਰਦ ਕੀ ਨਦੀ ਵਿੱਚ ਪਾਉਂਦਿਆਂ ਸਾਹ ਲੋਹਿਆ ਡੁੱਬ ਜਾਂਦਾ ਹੈ ਜੈਸੇ ਲੋਹ ਕੂਟ ਜਾਤ ਸਲ ਮੈਂ ਦਰਦ ਕੀ ਕਾਸ਼ਟ ਪ੍ਰਸੰਗ ਕੰਧ ਸਾਗਰ ਨਾ ਮਾਨ ਹੈ ਲੱਕੜ ਦੇ ਸਹਾਰੇ ਨਾਲ ਲੋਹਿਆ ਵੀ ਤਰ ਜਾਂਦਾ ਹੈ। ਕਹਿੰਦੇ ਨੇ ਸੰਸਾਰ ਕਾਲ ਦੇ ਵਾਸੇ ਰੱਬ ਕਰਤਾ ਅਕਾਲ ਹੈ ਇਹ ਕਾਲ ਦੇ ਅਧੀਨ ਜਗਤ ਹੈ ਇਹਨੂੰ ਕਾਲ ਖਾਂਦਾ ਪਿਆ ਪਰ ਜਿਹੜੇ ਗੁਰੂ ਦੀ ਸ਼ਰਨ ਆਏ ਉਹ ਬਚ ਗਏ। ਇਹ ਭਾਈ ਸਿੰਘ ਦੇ ਸ਼ਬਦ ਨੇ ਕਿ ਤੈਸੇ ਜਮ ਕਾਲ ਬਿਆਨ ਸਗਲ ਸੰਸਾਰ ਗ੍ਰਸ ਹੈ ਜਮ ਰੂਪੀ ਨਾਕ ਸਾਰੇ ਸੰਸਾਰ ਨੂੰ ਡੰਗਦਾ ਪਿਆ ਸਤਿਗੁਰ ਭੇਟ ਹੀ ਦਸ ਦਸਾਨ ਹੈ ਪਰ ਜਿਹੜੇ ਗੁਰੂ ਦੀ ਸ਼ਰਨ ਆ ਗਏ ਉਹ ਇਹਦੇ ਕਾਲ ਦੀ ਫਿਕਤ ਵਿੱਚੋਂ ਬਚ ਗਏ ਜਮ ਕਾਲ ਤੋਂ ਬਚ ਗਏ ਉਹਨਾਂ ਨੂੰ ਗੁਰੂ ਨੇ ਰੱਖ ਲਿਆ। ਇਹ ਸ਼ਬਦ ਭਾਈ ਸਿੰਘ ਨੇ ਕਹੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਕੋਲ ਵੇਲਾ ਕਹਿ ਇਸ ਵੇਲੇ ਦੀ ਕੀਮਤ ਨੂੰ ਜਾਣ ਰੰਗ ਮਾਣ ਲੈ ਪਿਆਰਿਆ ਜਾਂ ਜੋਗਣ ਨੂੰ ਕੁੱਲਾ ਤੇਰੇ ਕੋਲ ਸਮਾਂ ਹੈ ਦਿਲ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਕਹਿੰਦੇ ਨੇ ਇੱਕ ਦਿਨ ਬੀਤ ਜਾਣਾ ਹੈ ਇੱਕ ਦਿਨ ਗੁਜ਼ਰ ਜਾਣਾ ਹੈ ਪਰ ਜੀਵਨ ਦੇ ਜਿਉਣ ਦਾ ਰਸ ਰੰਗ ਕੇ ਵੇਖ ਕੇ ਪਿਆਰੇ ਦੇ ਨਾਮ ਵਿੱਚ ਆਤਮ ਰੰਗ ਮਾਣ ਲੈ। ਮੈਂ ਇੱਥੇ ਬੇਨਤੀ ਹੋਰ ਕਰ ਦੇਣਾ ਜੀ ਆਪ ਜੀ ਕਦੀ ਤੁਸੀਂ ਦੇਖਿਓ ਗੁਰੂ ਸਾਹਿਬ ਜੀ ਨੇ ਬਹੁਤ ਸੰਸਾਰ ਦੇ ਦ੍ਰਿਸ਼ਟਾਂਤ ਉਹ ਵਰਤੇ ਸਾਨੂੰ ਸਮਝਾਉਣ ਵਾਸਤੇ ਜੋ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਾਪਰਦਾ ਜੋ ਸਾਡੇ ਦੇਖਣ ਸੁਣਨ ਵਿੱਚ ਰਹਿੰਦਾ ਹੈ ਹਰ ਰੋਜ਼। ਮਹਾਰਾਜ ਜੀ ਨੇ ਜਿਵੇਂ ਉਦਾਹਰਨ ਦਿੱਤੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਦਿੱਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸਲੋਕ ਸਹਿਜ ਸਥਿਤੀ ਦਾ ਫਿਰ ਅੰਮ੍ਰਿਤ ਬਚਨ ਕਹਿ ਮਹਾਰਾਜ ਕਹਿੰਦੇ ਕੀ ਕਾਲ ਤੋਂ ਵੀ ਬਚਿਆ ਸਤਿਗੁਰੂ ਨੇ ਕਿਹਾ ਤਾਂ ਫੈਸਲਾ ਮਹਾਰਾਜ ਨੇ ਦੋ ਸਲੋਕਾਂ ਵਿੱਚ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਦੀ ਆਗਿਆ ਹੁੰਦੀ ਹੈ ਜੇ ਕੋਈ ਇੱਥੋਂ ਤੱਕ ਵੀ ਯਤਨ ਕਰੇ ਵਿਖਣ ਥਾਨ ਬਸੰਤ ਪੁੱਛੈ ਨਹਿ ਸਿਮਰਨ ਮਰਨੰ ਕਦੰਚੈ ਪਰ ਸਾਹਿਬ ਕਹਿੰਦੇ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖ ਅਕਰਖ ਕੇ ਦਰ ਤੇ ਖਿੱਚ ਲੈਣਾ ਕਹਿੰਦੇ ਬੰਦਾ ਜਿਹਨੂੰ ਪਤਾ ਲੱਗ ਜੇ ਵੀ ਮੌਤ ਨੇੜੇ ਉਹ ਦਾਅਵਾ ਕਰੇ ਵੀ ਮੌਤ ਦਾ ਪਤਾ ਲੱਗਣ ਤੋਂ ਬਾਅਦ ਬੰਦਾ ਕਿਵੇਂ ਮਰੇ ਅਚਲ ਚੇਤ ਆਏ ਤੇ ਸਮਝ ਨਹੀਂ ਪੈਂਦੀ ਜਿਹਨੂੰ ਪਤਾ ਲੱਗ ਗਿਆ ਵੀ ਇੰਨੇ ਦਿਨਾਂ ਨੂੰ ਗੁਜ਼ਰ ਜਾਣਾ ਹੈ ਕਿਵੇਂ ਮਰੇਗਾ ਉਹ ਬਚ ਜਾਏਗਾ ਉਹਨੇ ਕਿਹਾ ਮੈਂ ਬਚਾਅ ਕਰਾਂਗਾ ਮਹਾਰਾਜ ਨੇ ਕਿਹਾ ਨਹੀਂ ਬਚਾਅ ਹੋਣਾ ਕੱਚ ਦਾ ਕਿਲਾ ਬਣਾ ਲਿਆ ਉੱਚੀ ਥਾਂ ਤੇ ਰਹਿਣ ਲੱਗ ਗਿਆ ਸੇਵਕਾਂ ਨੂੰ ਹੁਕਮ ਕਰ ਦਿੱਤਾ ਬਿਨਾਂ ਆਗਿਆ ਤੋਂ ਅੰਦਰ ਆਏ ਬਾਹਰ ਜਾਏ ਨਾ ਕੋਈ ਕਿਸੇ ਨੂੰ ਮਿਲੇ ਨਾ ਵੀ ਕਿਵੇਂ ਕਾਲ ਖਾ ਜਾਏਗਾ ਜਦੋਂ ਮੈਂ ਪ੍ਰਬੰਧ ਪੂਰੇ ਕਰ ਲਏ ਮੌਤ ਆ ਹੀ ਸਕਦੀ ਅੰਦਰੋਂ ਮੈਂ ਬਾਹਰ ਨਹੀਂ ਨਿਕਲਣਾ ਕਿਵੇਂ ਮੌਤ ਘੇਰ ਲਏ ਮੈਂ ਅਰਜ਼ ਕੀਤੀ ਵੀ ਰਹਿੰਦਾ ਇਸ ਤਰ੍ਹਾਂ ਵੀ ਜਾਣਾ ਕਦੀ ਨਹੀਂ ਜਾਂਦਾ ਇਸ ਤਰ੍ਹਾਂ ਦੁਨੀਆਂ ਚ ਵੀ ਜਿਵੇਂ ਬੰਦਾ ਆਏ ਕਦੀ ਨਹੀਂ ਇਹ ਸੱਚਾਈ ਹੈ ਨਾ ਜੀ ਵੱਡੀਆਂ
ਜੁੜਨ ਚਲਾ ਜਾਂਦਾ ਹੈ, ਅਖੀਰ ਪੁੱਤਰ ਪੋਤਰੇ ਪੜਪੋਤਿਆਂ ਤੱਕ ਯਾਦ ਰਹਿੰਦਾ ਹੈ, ਪੜਪੋਤਿਆਂ ਤੋਂ ਬਾਅਦ ਕੋਈ ਬਿਰਲਾ ਯਾਦ ਨਹੀਂ, ਫਿਰ ਬੰਦੇ ਦੀ ਕਹਾਣੀ ਸਮਾਪਤ ਹੋ ਜਾਂਦੀ ਹੈ। ਕਹਿੰਦੇ ਇਹਨੂੰ ਆਗਿਆ ਹੋਈ, ਜਿੱਦਾਂ ਹੁਕਮ ਹੋਇਆ ਕਿੰਨਾ ਕੁ ਯਤਨ ਕਰੇਗਾ। ਬਿਕਮ ਥਾਨ ਬਸੰਤ ਉੱਚੈ, ਮੈਂ ਸਿਮਰਨ ਮਰਨ ਕਦੰਚੈ, ਕਦੀ ਚੇਤੇ ਨਹੀਂ ਕਰਦਾ ਵੀ ਮੌਤ ਵਿਆਹੀ। ਸਭ ਲਿਖਿਆ ਨਹੀਂ, ਹੋਵੰਤ ਆਗਿਆ ਭਗਵਾਨ ਭੁੱਖੈ, ਜਿੱਦਾਂ ਉਹਦੀ ਆਗਿਆ ਹੋਈ ਨਾਨਕ ਕੀਤੀ ਸਾਂਸ ਅਕਰਕਦੇ। ਉਸ ਵੇਲੇ ਤਾਂ ਇੱਕ ਬਖਾਨਾ ਬਣਨਾ, ਕੀੜੀ ਵੀ ਨਿੱਕੀ ਜੀ ਵੱਡੇ ਤੇ ਬੰਦੇ ਦੀ ਮੌਤ ਹੋ ਸਕਦੀ। ਇਹ ਲੋਕ ਕਹਿੰਦੇ ਨੇ ਹੋਇਆ ਕੁਛ ਨੀ, ਪਤਾ ਹੀ ਨਹੀਂ ਲੱਗਾ। ਕਹਿੰਦੇ ਬਖਾਨਾ ਚਾਹੀਦਾ ਹੈ, ਉਸ ਦਿਨ ਕੀੜੀ ਵੀ ਵੱਡੇ ਉਹ ਕੀੜੀ ਦੀ ਮੌਤ ਦਾ ਕਾਰਨ ਬਣ ਸਕਦੀ। ਜਾਂ ਸਾਹਿਬ ਨੇ ਦੂਜੇ ਸਲੋਕ ਵਿੱਚ ਫਿਰ ਸਮਝਾਇਆ, ਮਹਾਰਾਜ ਨੇ ਕਿਹਾ ਜੇ ਉਹਦੀ ਆਗਿਆ ਨਹੀਂ ਤੇ ਬੰਦਾ ਲੱਖ ਯਤਨ ਕਰੇ ਕਿਸੇ ਦਾ ਕੁਛ ਵੀ ਕੋਈ ਵਿਗਾੜ ਨਹੀਂ ਸਕਦਾ। ਸਾਹਿਬ ਨੇ ਕਿਹਾ ਕਿਵੇਂ? ਹਜ਼ੂਰ ਨੇ ਕਿਹਾ ਸ਼ਿਕਾਰੀ ਨਿਕਲਿਆ ਹੈ, ਸ਼ਿਕਾਰ ਕਰਨ ਲਈ ਉਹਨੇ ਕਰਨ ਨੂੰ ਵੇਖਿਆ, ਗੁਰੂ ਸਾਹਿਬ ਜੀ ਦਾ ਬੱਚਾ ਨੇ ਕਹਾਣੀ ਨਹੀਂ, ਉਹਨੇ ਸ਼ਿਕਾਰ ਦੇਖਿਆ, ਕਰਨ ਵੱਲ ਨਿਸ਼ਾਨਾ ਲਾਇਆ। ਕਹਿੰਦੇ ਉਹਨੇ ਸ਼ਿਕਾਰੀ ਨੂੰ ਦਾਅਵਾ ਕਿ ਮਰ ਜਾਏਗਾ ਨਿਸ਼ਾਨਾ, ਉੱਕਣਾ ਚੁੱਕਣਾ ਨਹੀਂ ਮੇਰਾ। ਮਹਾਰਾਜ ਕਹਿੰਦੇ ਆਵਾਜ਼ ਆਈ, ਉਹ ਸ਼ਿਕਾਰੀ ਨਹੀਂ, ਤੈਨੂੰ ਦਾਅਵਾ ਕਿ ਤੂੰ ਮਾਰ ਦੇਣਾ ਹੈ, ਪਰ ਤੈਨੂੰ ਕਮਲਿਆ ਇਹ ਨਹੀਂ ਪਤਾ ਤੂੰ ਮਾਰਨ ਲਈ ਆ ਗਿਆ ਹੈ ਕਿ ਰੱਖਣ ਵਾਲਾ ਉਹਦੇ ਵੱਲ ਹੋਇਆ। ਇੱਕ ਕੀ ਤੇਰੇ ਵਰਗੇ ਲੱਖਾਂ ਸ਼ਿਕਾਰੀ ਵੀ ਉਹਦਾ ਵਾਲ ਦਿੰਦਾ ਨਹੀਂ ਕਰ ਸਕਦਾ। ਦੋਵੇਂ ਸ਼ਲੋਕ ਸਤਿਗੁਰੂ ਨੇ ਦਿੱਤੇ। ਮਹਾਰਾਜ ਨੇ ਕਿਹਾ ਜੇ ਹੁਕਮ ਨਹੀਂ ਤੇ ਕੋਈ ਕੁਛ ਵਿਗਾੜ ਨਹੀਂ ਸਕਦਾ, ਤੇ ਜਿੱਦਣ ਸੱਦ ਪੈ ਗਈ ਉਦਣ ਲੱਖਾਂ ਯਤਨ ਵੀ ਧਰੇ ਧਰਾਏ ਰਹਿ ਜਾਣਗੇ, ਤਲਣਾ ਨਹੀਂ ਸਮਾਂ। ਹਜ਼ੂਰ ਦੇ ਅੰਮ੍ਰਿਤ ਵਚਨ ਨੇ ਮ੍ਰਿਗੀ ਤੇ ਫੰਤ ਬਦਕ ਪ੍ਰਾਰੇਣ ਵਾਰ ਕਰਨ ਲਈ ਬਦਕ ਸ਼ਿਕਾਰੀ ਨੇ ਖਰਨ ਨੂੰ ਵੇਖਿਆ ਤੇ ਸਾਹਮਣੇ ਆਇਆ। ਮ੍ਰਿਗੀ ਤੇ ਖੰਤ ਬਦਕ ਪ੍ਰਾਰੇਣ ਵਾਰ ਕਰਨ ਲੱਗਾ। ਲੱਖ ਲੱਖ ਦਾ ਰੱਖੇ ਤੇ ਹੈ ਨਿਸ਼ਾਨਾ ਲਕਸ਼, ਲੱਖ ਆਪ ਵਹਿ ਨਿਸ਼ਾਨਾ ਦੇਖ ਕੇ ਉਹ ਵਾਰ ਕਰਨ ਲੱਗਾ। ਮਹਾਰਾਜ ਕਹਿਣ ਲੱਗੇ ਉਹ ਜੱਸਿਆ ਰੱਖੇ ਨੂੰ ਪਾਉਂਦਾ ਹੈ, ਉਹ ਸ਼ਿਕਾਰੀ ਜੱਸਿਆ ਦਰ ਤੇ ਜਿਸ ਦੀ ਰੱਖਿਆ ਕਰਨ ਵਾਲਾ ਉਹ ਪਾਉਂਦਾ ਹੈ। ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਹੋਵੇ, ਤੇਰੇ ਵਰਗੇ ਸ਼ਿਕਾਰੀ ਉਹਦਾ ਵੱਧ ਨਹੀਂ ਕਰ ਸਕਦੇ। ਉਹ ਜੱਸਿਆ ਰੱਖੇਣ ਗੋਪਾਲ ਹੈ, ਨਾਨਕ ਰੋਮ ਨਾ ਸਿੱਧੀ ਅਤੇ ਉਹਦਾ ਇੱਕ ਵਾਲ ਵੀ ਨਹੀਂ ਕੋਈ ਖਿਲਾ ਸਕਦਾ, ਜਿਹਦੀ ਰੱਖਿਆ ਕਰਨ ਵਾਲਾ ਕਰਤਾ ਪੁਰਖ ਹੋਵੇ। ਮੈਂ ਦੋ ਸ਼ਬਦ ਸ਼ਲੋਕ ਤਾਂ ਕੀਤੇ, ਕਦੀ ਦਾਅਵਾ ਨਾ ਕਰੇ ਇਨਸਾਨ ਕਿ ਇਹ ਸਮਾਂ ਤਾਂ ਮੈਂ ਦੇਖਣਾ ਕਦੀ। ਮਹਾਰਾਜ ਕਹਿੰਦੇ ਚਲਾਏ ਮਾਨ ਜ਼ਿੰਦਗੀ ਕਹਿ, ਚਲੇ ਜਾਣਾ ਹੈ ਰੰਗ ਮਾਣ ਲੈ ਪਿਆਰਿਆ, ਜਾਂ ਜੋਗਣ ਨੂੰ ਹੁੰਦਾ ਦਿਨ ਥੋੜ ਦੇ ਥੱਕੇ ਭਇਆ, ਪੁਰਾਣਾ ਚੋਲਾ ਇਹਨੇ ਵੀ ਇੱਕ ਦਿਨ ਬੀਤ ਜਾਣਾ ਹੈ। ਤੇ ਜਦੋਂ ਚਲਾ ਜਾਂਦਾ ਜੀਵ ਉੱਧਰ, ਫਿਰ ਮਹਾਰਾਜ ਕਹਿੰਦੇ ਗੱਲ ਹੋਰ ਸੱਚ ਨੇੜੇ ਆਉਂਦੀ। ਆ ਅੱਜ ਦੇ ਸਮੇਂ ਲਈ ਸਾਹਿਬ ਨੇ ਅਗਲੀ ਪੰਕਤੀ ਵਿੱਚ ਕਿਹਾ ਕਿ ਸੱਜਣ ਮੇਰੇ ਰੰਗੂਲੇ, ਜਿਹੜੇ ਪਿਆਰੇ ਸਨ ਨੇੜਤਾ ਵਾਲੇ ਸਨ ਉਹ ਚਲੇ ਗਏ। ਦੇਖੋ ਇਹ ਸੱਚਾਈ ਹੈ, ਭਾਣਾ ਸ਼ਬਦ ਕਹਿਣਾ ਬਹੁਤ ਸੌਖਾ ਹੈ, ਹੁਕਮ ਸ਼ਬਦ ਸੁਣਨ ਵਿੱਚ ਵੀ ਸੌਖਾ ਹੈ, ਪਰ ਬਿਲਕੁਲ ਸੱਚ ਹੈ ਇਹ ਉਸ ਦੀ ਕਿਰਪਾ ਤੋਂ ਬਿਨਾਂ ਮੰਨਿਆ ਨਹੀਂ ਜਾ ਸਕਦਾ। ਫਿਰ ਸ਼ਬਦ ਦੁਹਰਾ ਦੇਣਾ, ਕਹਿਣ ਵਿੱਚ ਸੁਣਨ ਵਿੱਚ ਸੌਖਾ ਲੱਗਦਾ ਪਰ ਉਹਦੀ ਕਿਰਪਾ ਤੋਂ ਬਿਨਾਂ ਮੰਨਿਆ ਨਹੀਂ ਜਾ ਸਕਦਾ।
आप जी देखो मौत शब्द ही ले लिया पा। मैं कहा मौत का एहसास उन्नी देर बंदे नहीं होंदा जिन्नी देर कोई अपनी नेड़ता वाला ना गुजरे, उन्नी देर अंदर मौत का एहसास नहीं होंदा कि मौत की है। क्यों पर मैं उदाहरण दे देना मौत बारे, जहां एक बच्चा दस सकता भी ओदे बाप का गुजरना की, मां दस सकती है जवान पुत्र की मौत होवे ते उहदा अंदर की बयान क्या करता है। प्यार इत्थों तक मरन तो बाद दुनिया भुल जाती है, एक मां ऐसी है जिन्ना देर जीवित रहती है, जिस दिन पुत्र मरिया हुंदा है साल बाद जदों वो टेढ़ हुंदा है वो महीना वो रो के कटदी है, भावें साल कई लग जाण दहाके बीत जाण, उस मां नूं पुछ के वेखो कहो भी हुण तां समय बीत गया पर वो नहीं भुला सकदी बच्चे दा गुजरना की है, बच्चे दी मौत की है वे उसनूं पता है। एक पत्नी दस सकदी है ओहदे सिर दा साई चला जाए कि उहदे अंदर मौत दा एहसास की मौत एहसास की करवांदी है, फिर तां बेनती कीती कि भाणा शब्द सिख पत्थर भी नहीं कहता। अज क्या कहना नहीं रोना मन मत है प्यारो खाना। मैं फिर अर्ज करांगा जहां ता पूरन ओदे नाम विच कोई रंगिया होवे फिर ता वो कह देता है ठीक ओदा हुक्म है जी चला गया मेरे ते कोई असर नहीं, ओदा हुक्म से उन्हें सद लिया ओदी दात से उन्हें दित्ती उन्हें सद लिया। अधूरा बंदा ਤੇ ਮੇਰੇ ਬੇਟਾ ਅਧੂਰਾ ਰੌਲਾ ਪਾ ਕੇ ਕਹਿੰਦੇ ਮਨਮਤ ਕਰਨ ਨਹੀਂ ਕਰਿਓ, ਉਹਦੇ ਬਸ ਦੀ ਬਾਤ ਨਹੀਂ, ਕੋਈ ਸ਼ਿਖਰ ਤੇ ਨਹੀਂ ਪਹੁੰਚਿਆ ਕਿ ਭਾਣੇ ਨੂੰ ਸੱਤ ਕਰਕੇ ਮੰਨੇ ਤੇ ਮੈਂ ਐਵੇਂ ਰੌਲਾ ਪਾ ਕੇ ਕਈਆਂ ਪਖੰਡ ਕਰੀ ਜਾਂਦਾ, ਨਹੀਂ ਉਹ ਪਖੰਡ ਵੀ ਨਹੀਂ ਤੇ ਹੁਕਮ ਤੋਂ ਵੀ ਬਾਹਰ ਨਹੀਂ, ਕਿਉਂਕਿ ਉਹਦੀ ਖਾਲੀ ਅਵਸਥਾ ਉਸ ਤੱਕ ਨਹੀਂ ਪੁੱਜੀ ਕਿ ਇਹ ਕਹਿ ਸਕੇ ਵੀ ਤੇਰਾ ਜੰਮਣ ਕਰਨਾ ਹੁਕਮ ਸੱਤ ਹੈ। ਹੋ ਸਕਦਾ ਮੇਰੇ ਸ਼ਬਦ ਸਭਨਾ ਲਈ ਠੀਕ ਰਹੋ, ਪਰ ਜਦੋਂ ਤੁਸੀਂ ਬਾਣੀ ਪੜ੍ਹੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਤੇ ਇਤਿਹਾਸ ਨੂੰ ਇੱਕ ਪਾਸੇ ਰੱਖ ਕੇ ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਕਿਰਪਾ ਹੁੰਦੀ ਉਹਨਾਂ ਨੇ ਇੱਕ ਸ਼ਬਦ ਵਰਤਦੇ ਨੇ। ਹਾਂ ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰਕੇ ਸਿਰਫ ਸਮਾਪਤੀ ਕਰਾਂਗਾ। ਇੱਕ ਸੱਤ ਕਰਕੇ ਕਮਾਉਣ ਵਾਲੇ ਉਹ ਕਿਵੇਂ ਗਏ, ਮੰਨ ਲਓ ਇੱਕ ਸਾਡੇ ਸਾਹਮਣੇ ਉਦਾਹਰਣ ਨੇ ਜੀ ਬਾਬਾ ਬੁੱਢਾ ਸਾਹਿਬ ਜਿੱਦਣ ਚਲਾਣਾ ਕਰਦੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਕੋਲ ਇੱਕ ਰਾਤ ਪਹਿਲਾਂ ਪਹੁੰਚ ਜਾਂਦੇ, ਕਿਉਂਕਿ ਬਾਬਾ ਬੁੱਢਾ ਸਾਹਿਬ ਨੂੰ ਵੀ ਪਤਾ ਹੈ ਤੇ ਗੁਰੂ ਸਾਹਿਬ ਜੀ ਨੂੰ ਵੀ ਪਤਾ ਹੈ ਵੀ ਸਵੇਰੇ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਚੋਲੇ ਨੂੰ ਛੱਡ ਦੇਣ, ਸਾਰੀ ਰਾਤ ਬਾਬੇ ਨਾਨਕ ਦੇ ਘਰ ਦੀ ਬਾਤ ਚੱਲਦੀ ਹੈ, ਸਵੇਰੇ ਨਮਸਕਾਰ ਕਰਦੇ ਨੇ ਬਾਬਾ ਬੁੱਢਾ ਸਾਹਿਬ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਬਾਬਾ ਬੁੱਢਾ ਸਾਹਿਬ ਚੌਂਕੜੇ ਵਿੱਚ ਸਮਾਧੀ ਚ ਬੈਠੇ ਆਪਣੇ ਪ੍ਰਾਣਾਂ ਨੂੰ ਸੰਕੋਚ ਲੈਂਦੇ ਨੇ, ਇੱਕ ਬ੍ਰਹਮ ਗਿਆਨੀ ਗੁਰਮੁਖ ਦਾ ਚੱਲਣਾ। ਤੇ ਗੁਰੂ ਹਰਗੋਬਿੰਦ ਸਾਹਿਬ ਉਸ ਦਿਨ ਇੱਕ ਸ਼ਬਦ ਵਰਤਿਆ, ਸੰਗਤ ਜੀ ਵਧਾਈ ਹੋ ਗਈ, ਮੌਤ ਦੀ ਕਦੀ ਕੋਈ ਵਧਾਈ ਨਹੀਂ ਦਿੰਦਾ ਪਰ ਗੁਰੂ ਹਰਗੋਬਿੰਦ ਸਾਹਿਬ ਵਧਾਈ ਦਿੰਦੇ ਨੇ, ਕਿਉਂ
ਕਿਆ ਕਹਿੰਗੇ ਵਧਾਈਆਂ ਗੁਰਮੁਖਾਂ ਦੇ ਚੱਲਣ ਦੀਆਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਆਪਣੇ ਜੀਵਨ ਨੂੰ ਨਿਭਾ ਗਏ ਜਿਨ੍ਹਾਂ ਦੀ ਸਾਈ ਦੇ ਨਾਲ ਤੋੜ ਨਿਭ ਗਈ ਉਹਨਾਂ ਦੇ ਜੀਵਨ ਦੀ ਵਧਾਈ ਦਿੱਤੀ ਗਈ ਉਹਨਾਂ ਦਾ ਜੀਵਨ ਸਤਿਗੁਰੂ ਦੇ ਘਰ ਦੇ ਵਿੱਚ ਪ੍ਰਵਾਨ ਚੜ ਗਿਆ ਗੱਲ ਕੀ ਗੁਰੂ ਸਾਹਿਬ ਦੇ ਵੇਲੇ ਕਿਸੇ ਮਨੁੱਖ ਦੀ ਮੌਤ ਨਹੀਂ ਆਈ ਪਤਾ ਨਹੀਂ ਕਿੰਨੇ ਕੁ ਗੁਜ਼ਰੇ ਹੋਣਗੇ ਲੋਕ ਉਸ ਚੰਨਣ ਦਾ ਉਦਲ ਨਹੀਂ ਕਰਦੇ ਰਹੇ ਉਹ ਝੋਰੇ ਵਿੱਚ ਵੀ ਰਹੇ ਪਰ ਪਿਆਰਿਓ ਜਿੱਦਣ ਸਮਝ ਪਏ ਉਦਣ ਚੁੱਪ ਕਰ ਕਿਵੇਂ ਬੜਾ ਮਹਾਤਮਾ ਬੁੱਧ ਲੰਘਿਆ ਜਾ ਰਿਹਾ ਤੇ ਇੱਕ ਮਾਈ ਉਹ ਪਿੰਡ ਚੋਂ ਗੁਜ਼ਰੇ ਤੇ ਇੱਕ ਮਾਈ ਆਉਂਦੀ ਉਹਦੇ ਕੋਲ ਆਈ ਮੇਰੇ ਪੁੱਤਰ ਦੀ ਮੌਤ ਹੋ ਚੁੱਕੀ ਇਹਨੂੰ ਬਚਾ ਉਹਨੇ ਬੜਾ ਸਮਝਾਇਆ ਕਿ ਜਿਹੜਾ ਗੁਜ਼ਰ ਜਾਂਦਾ ਉਹ ਵਾਪਸ ਨਹੀਂ ਆਉਂਦਾ ਇਹ ਹੁਣ ਮਰ ਚੁੱਕਿਆ ਮੈਂ ਕਿਵੇਂ ਬਚਾਵਾਂ ਕਹਿੰਦੇ ਨੇ ਤੂੰ ਕਰ ਸਕਦਾ ਹੈ ਮੇਰਾ ਇੱਕੋ ਇੱਕ ਪੁੱਤਰ ਸੀ ਤੂੰ ਬਚਾ ਜਦੋਂ ਨਾ ਸਮਝੀ ਉਹਨੇ ਇੱਕੋ ਗੱਲ ਕਹੀ ਰੋਂਦੀ ਹੋਈ ਮੈਨੂੰ ਕੁਝ ਦਾਣੇ ਰਾਈ ਸਰੋਂ ਦੇ ਲਿਆ ਦੇ ਤੇ ਲਿਆਵੀ ਉਸ ਘਰ ਦੇ ਵਿੱਚੋਂ ਜਿਸ ਘਰ ਦੇ ਵਿੱਚ ਅੱਜ ਤੱਕ ਕੋਈ ਮਰਿਆ ਨਾ ਹੋਵੇ ਅੱਜ ਤੱਕ ਉਹ ਘਰ ਲੱਭੀ ਜਿਸ ਘਰ ਦੇ ਵਿੱਚ ਮੌਤ ਨਾ ਕਿਸੇ ਦੀ ਕੋਈ ਹੋਵੇ ਉਹਨੇ ਆਪਣੇ ਘਰ ਵੱਲ ਝਾਤ ਮਾਰੀ ਬੇਨਤੀ ਤੋਂ ਬਾਅਦ ਸੀ ਤਾਣੀ ਪਿੰਡ ਫਿਰੀ ਘਰ ਘਰ ਪੁੱਛਿਆ ਉਹਨਾਂ ਕਿਹਾ ਸਰੋਂ ਜਿਤਨੀ ਮਰਜ਼ੀ ਪਰ ਅਸੀਂ ਗਿਣ ਨਹੀਂ ਸਕਦੇ ਵੀ ਕਿੰਨੀਆਂ ਮੌਤਾਂ ਘਰ ਵਿੱਚ ਹੋ ਚੁੱਕੀਆਂ ਗੱਲ ਸਿਰਫ ਸਮਝਾਉਣ ਦੀ ਸੀ ਜਦੋਂ ਫਿਰ ਕੇ ਬੁੱਧ ਦੇ ਕੋਲ ਆਈ ਤੇ ਬੁੱਧ ਪੁੱਛਦਾ ਲਿਆ ਸਰੋਂ ਤੇਰੇ ਪੁੱਤਰ ਨੂੰ ਬਚਾਉਣਾ ਉਹ ਹੱਥ ਜੋੜ ਕੇ ਖਲੋਤੀ ਸੀ ਮਹਾਤਮਾ ਮੈਨੂੰ ਸੱਚ ਦਾ ਪਤਾ ਲੱਗ ਗਿਆ ਇਹ ਸੱਚਾਈ ਹੈ ਤੇਰੇ ਵਿਵਾਸ ਦੀ ਖੇਡ ਨਹੀਂ ਮੈਂ ਇਸ ਪਾਣੀ ਨੂੰ ਹੁਣ ਠੰਡਾ ਲਵਾਂ ਮੈਨੂੰ ਪਤਾ ਲੱਗ ਗਿਆ ਵੀ ਜੇ ਜੇ ਇਹਨੇ ਬਿਲਸਣ ਹੈ ਜੋ ਜੋ ਸੋ ਬਿਲਸ ਕਹਿ ਪਰ ਉਹ ਆਜ ਕੈ ਕਾਮ ਇੱਕੋ ਜੀਵਨ ਦੇ ਵਿੱਚ ਸੱਚ ਪੱਲੇ ਰਹਿੰਦਾ ਹੈ ਨਾਨਕ ਹਰ ਗੁਣ ਗਾਇਨ ਹੈ ਛਾੜ ਸਗਲ ਜੰਜਾ ਜਿੱਦਣ ਸਮਝ ਪਈ ਉਹ ਚੁੱਪ ਕਰ ਗਈ ਜਿੱਦਣ ਉਹਦੇ ਗੁਣਾਂ ਵਿੱਚ ਕੋਈ ਜੁੜ ਗਿਆ ਮਹਾਰਾਜ ਨੇ ਕਿਹਾ ਤਾਂ ਜੀਵਨ ਬੀਤਣ ਕਾਰ ਹੈ ਇਹ ਤਾਂ ਚਲਾ ਜਾਣਾ ਹੈ ਕਿਵੇਂ ਚੱਲਦਾ ਪਿਆ ਕਹਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛੋ ਮਹਾਰਾਜ ਨੇ ਇੱਥੋਂ ਤੱਕ ਸ਼ਬਦ ਵਰਤ ਗਏ ਕਹਿੰਦੇ ਜਿਵੇਂ ਟੁੱਟੇ ਤਿਲਕੇ ਘੜੇ ਚੋਂ ਪਾਣੀ ਨਿਕਲਦਾ ਹੈ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਹੁੰਦੀ ਪਈ ਬਸ ਇੱਕੋ ਜੀਵਨ ਦੇ ਪੱਲੇ ਸੱਚ ਰਹਿਣਾ ਜਿਹਨੂੰ ਗੁਰੂ ਅਰਜਨ ਸਾਹਿਬ ਕਹਿ ਗਏ ਜੇ ਕੋਈ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਇਸ ਜੀਵਨ ਨੂੰ ਸੰਭਾਲ ਲਏਗਾ ਨਾਮ ਸ਼ਬਦ ਕਮਾਈ ਧਰਮ ਕਰਮ ਕਮਾਏ ਹੋਏ ਖੱਟਿਆ ਹੋਇਆ ਪੁੱਲ ਇਹਦੀ ਜੀਵ ਆਤਮਾ ਦਾ ਸਖਾਈ ਬਣਦਾ ਇਹ ਮਤ ਸੋਚਿਓ ਕਿ ਕੋਈ ਜੰਮਣ ਮਰਨ ਮਹਾਰਾਜ ਤਾਂ ਵਾਰ ਵਾਰ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਕਬੀਰ ਸਾਹਿਬ ਜੀ ਨੇ ਲਿਖਿਆ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁੱਤ ਦਾਰਾ ਭੈ ਮਾਂ ਟੁੰਡਾਵੈ ਮਨ ਮੇਰੇ ਭੂਟੇ ਕਫ ਨਾ ਕੀਜੈ ਭੁੱਲ ਨਾ ਜਾਈ ਕਿਤੇ ਅੰਤ ਨਵੇੜਾ ਤੇਰੇ ਜੀ ਪੈ ਬੀਜੈ ਕਿਤੇ ਤੇਰੀ ਜਿੰਦ ਨੂੰ ਨਵੇੜਾ ਕਰਨਾ ਪੈ ਇੱਕ ਦਿਨ ਲੇਖਾ ਜਿੰਦ ਨੂੰ ਜੀਵ ਆਤਮਾ ਨੂੰ ਦੇਣਾ ਪੈ ਤੇ ਮਹਾਰਾਜ ਕਹਿੰਦੇ ਕਿਉਂ ਨਾ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ
ਜਿਤ ਕੀਤਾ ਪਾਈਐ ਆਪਣਾ ਸੰਭਾਲ ਬੁਰੀ ਕਿਉਂ ਕਰੀਐ ਮੰਦਾ ਮੂਲ ਨਾ ਕੀਚਈ ਤੇ ਲੰਮੀ ਨਜ਼ਰ ਨਿਖਾਰੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਫਿਰ ਕਾ ਪਾਸਾ ਤਾਲੀਐ ਕਿਛ ਨਾ ਕੇ ਉੱਪਰ ਕਰੀਐ। ਦੁੱਖ ਹੁੰਦਾ ਬੰਦੇ ਜਦੋਂ ਕੋਈ ਨਿਕਟ ਵਰਤੀ ਜਾਂਦਾ, ਪਰ ਇਹ ਵੀ ਸੱਚਾਈ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਅੱਜ ਸਰਦਾਰ ਭੁਪਿੰਦਰ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਜੁੜ ਬੈਠੇ। ਸਤਿਗੁਰੂ ਕਿਰਪਾ ਕਰਨ ਗੁਜ਼ਰ ਚੁੱਕੇ ਪ੍ਰਾਣੀ ਇਸ ਸੰਸਾਰ ਵਿੱਚ ਵਿਚਰਦੀਆਂ ਹੋਈਆਂ ਭੁੱਲਾਂ ਸੰਗਤ ਦੀ ਅਰਦਾਸ, ਕਿਉਂਕਿ ਅਰਦਾਸ ਤੋਂ ਆਰੰਭ ਹੈ ਜੀਵਨ ਦੀ ਅਤੇ ਅਰਦਾਸ ਦੀ ਸੰਪੂਰਨਤਾ ਹੈ। ਪਹਿਲਾਂ ਜਨਮ ਤੋਂ ਪਹਿਲਾਂ ਅਰਦਾਸਾਂ ਦੇ ਕਰਦਿਆਂ, ਜਨਮ ਤੋਂ ਬਾਅਦ ਅਰਦਾਸਾਂ ਸ਼ੁਕਰਾਨੇ ਨੂੰ, ਫਿਰ ਜੀਵ ਆਪਣੀ ਅਰਦਾਸ ਖੁਦ ਕਰਦਾ ਅਤੇ ਜਿੱਦਣ ਗੁਜ਼ਰ ਜਾਂਦਾ ਉੱਦਣ ਫਿਰ ਪਰਿਵਾਰ ਅਰਦਾਸ ਕਰਦਾ। ਇਹ ਵੀ ਅੰਤਮ ਅਰਦਾਸ ਅਰਦਾਸ ਤੋਂ ਰੰਗਤ ਹੈ, ਅਰਦਾਸ ਤੇ ਮੁਕੰਮਲਤ ਹੈ। ਅਰਦਾਸ ਗੁਰੂ ਚਰਨਾਂ ਵਿੱਚ ਪਿੱਛੇ ਪਰਿਵਾਰ ਨੂੰ ਵੀਰ ਜਸਵਿੰਦਰ ਸਿੰਘ ਜੀ, ਉਹਨਾਂ ਦੇ ਭਰਾਤਾ ਸਿੰਘ ਸਰਦਾਰ ਭੁਪਿੰਦਰ ਸਿੰਘ, ਸਾਰੇ ਪਰਿਵਾਰ ਸਤਿਗੁਰੂ ਸ਼ਬਦ ਦੀ ਦੇਖ ਬਖਸ਼ਣ ਅਤੇ ਉਸ ਦਿਨ ਦਾ ਜੋ ਗੁਰਮਤ ਦਾ ਉਪਦੇਸ਼ ਹੈ, ਸੇਵਕ ਪਰਿਵਾਰ ਨੇ ਬਾਣੀ ਦਾ ਘੁੱਟ ਆਸਰਾ ਲਿਆ ਹੋਇਆ, ਸਹਿਜ ਪਾਠ ਗੁਰਬਾਣੀ ਦਾ ਘਰ ਵਿੱਚ ਕੀਰਤਨ, ਇਤੋਂ ਵੱਡੀ ਸਾਡੇ ਵੱਲੋਂ ਕੋਈ ਉਸ ਗੁਜ਼ਰ ਚੁੱਕੇ ਪ੍ਰਾਣੀ ਦੀ ਹਮਦਰਦੀ ਹੈ ਹੀ। ਉਹਦੇ ਲਈ ਬਾਣੀ ਪੜ੍ਹਦੇ, ਉਹਦੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ, ਇਹ ਸੇਵਕ ਪਰਿਵਾਰ ਵੱਲੋਂ ਨਿਰੰਤਰ ਗੁਰੂ ਚਰਨਾਂ ਵਿੱਚ ਸੁਣਿਆ ਅਰਦਾਸ ਹੋ ਰਹੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇੰਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ ਬੇਅੰਤ ਹੋਈਆਂ ਹੋਣ, ਆਪ ਜੀਆਂ ਨੇ ਕਿਰਪਾ ਕਰਕੇ ਪੁੱਛ ਲੈਣੀਆਂ। ਸਾਡੇ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਪਠਾਨਕੋਟ ਵਾਲੇ, ਉਹਨਾਂ ਦਾ ਕੀਰਤਨੀ ਕਥਾ ਆਪ ਸੰਗਤ ਵਿੱਚ ਪੁੱਜਿਆ ਹੋਇਆ, ਵਿਸ਼ੇਸ਼ ਕਰਕੇ ਭਾਈ ਜਸਵਿੰਦਰ ਸਿੰਘ ਜੀ ਉਹਨਾਂ ਦੀ ਸਿੱਧੇ 'ਤੇ ਉਹਨਾਂ ਆਪ ਜੀਆਂ ਨਾਲ ਗੁਰਬਾਣੀ ਕੀਰਤਨ ਦੀ ਸੇਵਾ ਕਰਨੀ ਹੈ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਨਾਂ ਚਾਰ ਕੇ ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਲੁਧਿਆਣਾ ਵਾਲੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਾਰ ਦੁਆਰਾ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਹੁਣ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਠਾਨਕੋਟ ਵਾਲੇ ਪਹੁੰਚ ਚੁੱਕੇ ਹਨ, ਭਾਵ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ